ਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਜੋ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਹਰ ਕਰਮ ਦੇ ਸਿਰੇ ਦਾ ਕਰਮ ਹੈ ਕੀਰਤਨ ਕਰਨਾ ਅਤੇ ਕੀਰਤਨ ਸੁਣਨਾ ਆਖੋ ਵਾਹਿਗੁਰੂ ਕੀਰਤਨ ਕਰਨਾ ਸੁਣਨਾ ਮਗਰ ਨਾਲ ਇੱਕ ਵਚਨ ਲਿਖਿਆ ਵੀ ਗੁਰਮੁਖ ਜਪੀਏ ਲਾਏ ਧਿਆਨਾ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਇਗਨੋਰ ਕੀਤਾ ਹੈ ਸੁਣਿਆ ਹੈ ਆਏ ਹਾਂ ਬੈਠੇ ਹਾਂ ਮਗਰ ਜਿਹੜਾ ਧਿਆਨ ਸ਼ਬਦ ਸੀ ਉਹਨੂੰ ਅਸੀਂ ਵਿਸਾਰਿਆ ਇਗਨੋਰ ਕੀਤਾ ਵੀ ਧਿਆਨ ਦੀ ਕੋਈ ਜ਼ਰੂਰਤ ਨਹੀਂ ਆਓ ਦਰਬਾਰ ਸਾਹਿਬ ਆਓ ਮੁਬਾਰਕ ਹੈ ਆਉਣਾ ਤੇਰਾ ਇੱਕ ਇੱਕ ਕਦਮ ਮੁਬਾਰਕ ਹੈ ਗੁਰੂ ਨਾਨਕ ਦੇ ਘਰ 'ਚ ਆਉਣਾ ਤਰੇਂਗਾ ਤਾਂ ਪਰਿਵਾਰ ਨੂੰ ਤਾਂ ਤਾਰੇਂਗਾ ਜੇ ਧਿਆਨ ਜੁੜੂ ਤੇ ਕੀਰਤਨ ਵਿੱਚ ਆਪ ਤਰੇ ਸਗਲੇ ਕੁਲ ਤਾਰੇ ਕੁਲ ਕੁਲ ਦਾ ਪਤਾ ਹੈ ਕੁਲ ਹਾਂ ਹਾਂ ਸਾਰਾ ਆਪਣਾ ਕੁਟੁੰਬ ਵੀ ਤਾਰ ਜਾਂਦਾ ਹੈ ਜਿਹੜਾ ਕੀਰਤਨ ਨੂੰ ਧਿਆਨ ਨਾਲ ਸੁਣਦਾ ਹੈ ਆਪ ਤਰੇ ਸਗਲੇ ਕੁਲ ਤਾਰੇ ਤੇ ਜਿੱਦਣ ਦਰਗਾਹ ਨੂੰ ਇਹਦੀ ਯਾਤਰਾ ਜਾਂਦੀ ਆ ਆਖੋ ਵਾਹਿਗੁਰੂ ਹਰ ਦਰਗੇ ਪੱਤ ਇੱਕ ਹੁੰਦਾ ਬੇਪੱਤ ਬੇਪਤੀ ਹੋ ਗਈ ਉਹਦੀ ਤਿੰਨ ਹਜ਼ਾਰ ਨਾ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਮੰਜੇ 'ਤੇ ਪੈ ਕੇ ਰੁਲ ਕੇ ਵੀ ਮਰਦੇ ਨੇ ਲੋਕ ਇੱਕ ਤੁਰੇ ਤੁਰੇ ਫਿਰਦੇ ਹੀ ਚੰਗੀ ਭਲੀ ਸੋਨੇ ਵਰਗੀ ਦੇਹ ਦੇ ਵਿੱਚ ਹੀ ਸਰੀਰ ਛੱਡ ਜਾਂਦੇ ਨੇ
ਇਹ ਵੀ ਇੱਕ ਪੱਤ ਅਤੇ ਅਪੱਤ ਦਾ ਬੇਪਤੀ ਦਾ ਪੱਖ ਆ। ਮਰਨ ਲੱਗਿਆ ਇਨਸਾਨ ਕੋਲੋਂ ਉੱਠਿਆ ਨਾ ਜਾਣਾ, ਬੋਲਿਆ ਨਾ ਜਾਣਾ, ਵਾਸ਼ਰੂਮ ਨਾ ਜਾ ਸਕਣਾ। ਆਖੋ ਵਾਹਿਗੁਰੂ ਇਹ ਵੀ ਇੱਕ ਹਿਸਾਬ ਦੀ ਬੇਪਤੀ ਆ। ਗੁਰੂ ਰਹਿਮਤ ਕਰੇ ਕਿਆ ਜਾਣਾ ਕਿ ਮਰੇਂਗੇ, ਕਿਸੇ ਨੂੰ ਕੋਈ ਪਤਾ ਨਹੀਂ। ਮੈਂ ਕਿਸੇ ਦੀ ਗੱਲ ਕਰਾਂ, ਮੇਰੇ ਨਾਲ ਕੀ ਵਾਪਰਨਾ ਇਹ ਗੁਰੂ ਜਾਣਦਾ। ਮਗਰ ਜਿਨ੍ਹਾਂ ਨੇ ਕੀਰਤਨ ਨੂੰ ਧਿਆਨ ਨਾਲ ਸੁਣਿਆ ਹੈ, ਉਹਨਾਂ ਦੇ ਬਾਰੇ ਸਰਕਾਰ ਨੇ ਫੈਸਲਾ ਦਿੱਤਾ ਵੀ ਹਰ ਦਰ ਗਏ ਪੱਤ ਸਿਉਂ ਜਾਏ ਦਾ, ਉਹ ਬੰਦਾ ਨਹੀਂ ਬਦਲਗਾ। ਦਰਗਾਹ ਨੂੰ ਜਦੋਂ ਜਾਊਗਾ, ਚੱਲਿਆ ਪੱਤ ਸਿਉਂ ਜਨਮ ਸਵਾਰ, ਵਾਜਾ ਵਾਏ ਉਹਨਾਂ ਦੇ ਅੱਗੇ ਵਾਜੇ ਵੱਜਦੇ ਨੇ ਬੜੇ ਸਤਿਕਾਰ ਦੇ ਨਾਲ। ਮਗਰ ਮਗਰ ਰੂਹਾਂ ਪੜ੍ਹਦੀਆਂ ਜਾਂਦੀਆਂ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਪੜ੍ਹਦੇ ਉਹਨਾਂ ਮਗਰੀ, ਅਤੇ ਸੱਚਮੁੱਚੀ ਉਹਨਾਂ ਦੇ ਮਗਰ ਹੀ ਪੜ੍ਹਨਾ ਚਾਹੀਦਾ। ਰਾਗੀ ਢਾਡੀ ਨੂੰ ਪ੍ਰਚਾਰਕ ਨੂੰ ਕਦੀ ਇਹੋ ਜਿਹੇ ਭੋਗ ਦੇ ਉੱਤੇ ਜਾ ਕੇ ਉਹ ਗੱਲ ਸ਼ਬਦ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਵੀ ਸ਼ਬਦ ਉਚਾਰਿਆ ਕਿਹਦੇ ਲਈ ਹੈ ਅਤੇ ਪੜ੍ਹਿਆ ਕਿਹਦੇ ਲਈ ਜਾ ਰਿਹਾ ਹੈ। ਪਤਾ ਲੱਗ ਰਿਹਾ? ਆਖ ਵਾਹਿਗੁਰੂ ਸ਼ਬਦ ਅਤੇ ਪੜ੍ਹਿਆ। ਜਿਹਨੇ ਸਾਰਾ ਜੀਵਨ ਕਦੀ ਮੂੰਹ 'ਚੋਂ ਵਾਹਿਗੁਰੂ ਨਹੀਂ ਕਿਹਾ, ਜਿਹਨੇ ਸਾਰਾ ਜੀਵਨ ਕਦੀ ਗੁਰਦੁਆਰੇ ਦਾ ਮੂੰਹ ਨਹੀਂ ਵੇਖਿਆ, ਮਗਰ ਉਹਦੇ ਕੋਲ ਨੋਟ ਨੇ। ਰਾਗੀ ਸਾਹਿਬ ਨੇ ਵਾਜਾ ਖੋਲ੍ਹਿਆ ਅਤੇ ਸਿੱਧਾ ਸ਼ਬਦ ਲਾ ਦਿੱਤਾ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਐਸਾ ਨਾ ਹੋਵੇ, ਗੁਰੂ ਕਿਰਪਾ ਕਰੇ ਆਪਾਂ ਵਿਸ਼ੇ 'ਤੇ ਰਹੀਏ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਆਪ ਤਰੇ ਅਤੇ ਸਗਲੇ ਕੋਲ ਤਾਰੇ। ਆਪ ਤਰਦਾ ਵਾ, ਸਾਰੀ ਕੋਲ ਨੂੰ ਤਾਰ ਦਿੰਦਾ, ਸੱਚਮੁੱਚ ਹੀ ਤਾਰਦਾ ਹੈ। ਜਿਹਨੇ ਕੀਰਤਨ ਨੂੰ ਧਿਆਨ ਨਾਲ ਸੁਣਿਆ ਹੈ, ਕੀਰਤਨ ਧਿਆਨ ਨਾਲ ਕੀਤਾ ਹੈ, ਆਪ ਤਰਦਾ ਅਤੇ ਸਾਰੀ ਆਪਣੀ ਕੁਲ ਨੂੰ ਤਾਰ ਜਾਂਦਾ ਹੈ। ਕੀਰਤਨ ਸੁਣਨ ਵਾਲੇ ਦੀ ਗੱਲ ਕਿਹਾ, ਗੁਰਮੁਖ ਜਪੀਏ ਲਾਏ ਧਿਆਨ। ਅਤੇ ਅੱਜ ਤੋਂ ਖਾਲਸਾ ਜੀ ਦੇ ਨਾਲ ਅੰਮ੍ਰਿਤ ਵੇਲੇ ਤੋਂ ਕੋਈ ਵਚਨ ਚੱਲ ਰਿਹਾ ਵੀ ਬੰਦਾ 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 ਵਚਨ ਚੱਲਣ ਡੇ ਸੀ, ਬੰਦੇ ਦੇ ਬੰਦੋ ਹੋਏ, ਬੰਦੋ ਹੋਏ ਸੋ ਬੰਦਗੀ ਕਰੇ। ਬੰਦਗੀ ਕਰਨ ਲਈ ਪਹਿਲਾਂ ਬੰਦਾ ਬਣੇ। ਨਹੀਂ ਪਤਾ ਲੱਗਾ? ਬੰਦਾ ਬਣਨ ਤੋਂ ਬਿਨਾਂ ਜਿਹੜੀ ਬੰਦਗੀ ਕਰੂਗਾ ਉਹ ਹੀ ਆ ਜੋ ਸੰਸਾਰ ਕਰ ਰਿਹਾ। ਵਾਹਿਗੁਰੂ 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 ਦੀ ਧੁਨੀ ਹੋ ਰਹੀ, ਮਗਰ ਇੱਥੇ ਕਰੈਕਟਰ ਕੋਈ ਹੋਰ ਆ ਅਤੇ ਘਰ ਜਾ ਕੇ ਕਰੈਕਟਰ ਕੋਈ ਹੋਰ ਆ।
ਉਹਨੇ ਕਿਉਂ ਕਿਹਾ ਸੀ? ਆਖੋ ਵਾਹਿਗੁਰੂ। ਉਹਨੇ ਕਿਉਂ ਕਿਹਾ ਸੀ? ਬੋਲ ਬੋਲ, ਬੰਦਾ ਬਣਨ ਨੂੰ ਤਿਆਰ ਹੈ? ਉਹਨੂੰ ਪਤਾ ਸੀ ਬੰਦਾ ਬਣਨ ਤੋਂ ਬਿਨਾਂ ਕੋਈ ਮਸਲਾ ਹੱਲ ਨਹੀਂ ਹੋਣਾ, ਨਹੀਂ ਤੁਸੀਂ ਪਕੜ ਨਹੀਂ ਰਹੇ। ਬੰਦਾ ਬਣਨ ਤੋਂ ਬਿਨਾਂ ਕੋਈ ਮਸਲਾ ਨਹੀਂ ਹੱਲ ਹੋ ਸਕਦਾ। ਤੁਸੀਂ ਐਵੇਂ ਹੀ ਹੋਰ ਲਾ ਲਓ ਜਿੰਨਾ ਮਰਜ਼ੀ। ਮਾਧੋ ਦਾਸ ਬਰਾਗੀ ਨੂੰ ਪਹਿਲਾ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਬੋਲ ਬੰਦਾ ਬਣਨ ਨੂੰ ਤਿਆਰ ਹੈ, ਮੈਂ ਜਿਸ ਮੁਹਿੰਮ ਦੇ ਉੱਤੇ ਤੈਨੂੰ ਭੇਜਾਂ ਉਹ ਮੁਹਿੰਮ ਫਤਿਹ ਹੋਵੇ, ਮਗਰ ਕਰੂਗਾ ਕੌਣ? ਬੰਦਾ ਜਿਹੜਾ ਆਪ ਹੀ ਬੰਦਾ ਨਹੀਂ, ਉਹ ਕਿਸੇ ਦਾ ਕਿਸ ਵਾਰੂ? ਜਿਹੜਾ ਆਪ ਬੰਦਾ ਨਹੀਂ ਉਹ ਸਾਰਾ ਪਰਿਵਾਰ ਬਰਬਾਦ ਕਰ ਦਿੰਦਾ ਹੈ। ਆਖੋ ਵਾਹਿਗੁਰੂ। ਸਾਰੇ ਸਮਾਜ ਨੂੰ ਬਰਬਾਦ ਕਰ ਦਿੰਦਾ ਜਿਹੜਾ ਬੰਦਾ ਨਾ ਬਣ ਸਕਿਆ। ਇਹ ਬੰਦਾ ਬੰਦਾ ਨਹੀਂ ਬਣਿਆ। ਆਪਾਂ ਕਹਿੰਦੇ ਵੀ ਇਹ ਬੰਦੇ ਨੂੰ ਇੰਨੀਆਂ ਚੋਟਾਂ ਵੱਜ ਗਈਆਂ, ਇੰਨੀ ਮਾਰ ਪੈ ਗਈ, ਮਗਰ ਇਹ ਬੰਦਾ ਬੰਦਾ ਨਹੀਂ ਬਣਿਆ। ਬਾਪੂ ਨੇ ਇੰਨੇ ਸੋਹਣੇ ਬਚਨ ਕੀਤੇ ਅਤੇ ਪੁੱਛਿਆ ਸਰਕਾਰ, ਨੱਕ ਬੰਦਿਆਂ ਵਾਲਾ ਹੈ, ਮੂੰਹ ਬੰਦਿਆਂ ਵਾਲਾ ਵਾ, ਦਾੜਾ ਬੰਦਿਆਂ ਵਾਲਾ ਹੈ, ਦਸਤਾਰ ਬੰਦਿਆਂ ਵਾਲੀ ਹੈ, ਪਕੜ ਰਹੇ ਹੋ? ਮੈਂ ਬੰਦਾ ਕਿਉਂ ਨਹੀਂ? ਸੋਹਣਾ ਕੁਝ ਆ ਮੇਰੇ ਕੋਲ, ਸਰੂਪ ਮੇਰਾ ਸੋਹਣਾ ਹੈ, ਮਗਰ ਤੁਸੀਂ ਕਹਿੰਦੇ ਹੋ ਵੀ ਮੈਂ ਬੰਦਾ ਵੀ ਨਹੀਂ। ਤੁਸੀਂ ਫੜੋ, ਮੈਂ ਅਤੇ ਬਾਪੂ ਕਹਿੰਦਾ ਬੰਦਾ ਨੱਕ ਨਾਲ ਨਹੀਂ ਹੁੰਦਾ, ਬੰਦਾ ਸੋਹਣੇ ਦਮਾਲੇ ਨਾਲ ਨਹੀਂ ਹੁੰਦਾ। ਜਿੰਨੀ ਗੜਬੜ ਇਸ ਪੰਥ ਦੀਆਂ ਬੇੜੀਆਂ 'ਚ ਵੱਟੇ ਉਹਨਾਂ ਲੋਕਾਂ ਪਾਏ ਜਿਹਨਾਂ ਦਾੜਾ ਵੀ ਰੱਖਿਆ ਅਤੇ ਜਿਹਨਾਂ ਦਮਾਲੇ ਵੀ ਵਧੇ, ਕਿਰਪਾਨਾਂ ਵੀ ਪਾਈਆਂ। ਉਹ ਸਰੂਪ ਤਾਂ ਬਣਾ ਬੈਠੇ ਸੀ, ਬੰਦੇ ਨਹੀਂ ਸੀ ਬਣੇ। ਪਤਾ ਲੱਗ ਰਿਹਾ, ਬੰਦੇ ਨਹੀਂ ਸੀ ਬਣੇ, ਸਰੂਪ ਸੀ। ਬਾਪੂ ਕਹਿੰਦਾ ਮੈਂ ਬੰਦਾ ਉਹਨੂੰ ਕਹਿੰਦਾ ਜਿਹੜਾ ਬੰਦੀ ਅੰਦਰ ਸਿਫਤ ਕਰਾਏ। ਬੰਦੀ, ਬੰਦੀ ਦਾ ਅੱਖੀ ਅੱਖਰੀ ਅਰਥ ਹੈ ਜੇਲ੍ਹ, ਕੈਦਖਾਨਾ। ਜਿਹੜਾ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਕੈਦ ਹੋ ਗਿਆ, ਮੈਂ ਉਹਨੂੰ ਬੰਦਾ ਕਹਿੰਦਾ। ਜੇ ਕੋਈ ਜੇਲ੍ਹ ਵਿੱਚ ਗਿਆ ਹੋਇਆ ਬੰਦਾ ਸੋਚ ਵੀ ਨਹੀਂ ਸਕਦਾ ਵੀ ਮੈਂ ਭੱਜ ਕੇ ਜੇਲ੍ਹ ਦੀ ਕੰਧ ਟੱਪ ਜੂੰਗਾ। ਆਖੋ ਵਾਹਿਗੁਰੂ। ਕੰਧ ਟੱਪ ਕੇ ਮੈਂ ਬਾਹਰ ਚੱਲ ਜੂੰਗਾ, ਸਿੱਖਾ ਤੂੰ ਤਾਂ ਤੁਰਿਆ ਵੀ ਬਾਹਰ ਹੀ ਫਿਰਦਾ ਹੈ, ਤਾਂ ਕਹਿੰਦਾ ਮੈਂ ਬੰਦਾ। ਸੱਚਮੁੱਚ ਤੂੰ ਸਾਰੀਆਂ ਤਾਂ ਹੱਦਾਂ ਤੋੜੀਆਂ ਨੇ, ਪਤਾ ਨਹੀਂ ਤੂੰ ਕਿਤਰਾ ਆਪਣੇ ਆਪ ਨੂੰ ਬੰਦਾ ਕਹਿੰਦਾ ਹੈ। ਬਾਪੂ ਨੇ ਕਿਹਾ ਮੈਂ ਸਰਟੀਫਿਕੇਟ ਉਹਨੂੰ ਬੰਦੇ ਦਾ ਦਊਂਗਾ। ਪਹਿਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਧੋ ਦਾਸ ਬਰਾਗੀ ਨੂੰ ਬਾਲ ਕੇ ਆਖਿਆ, ਆਹ ਗੱਲਾਂ ਹੀ ਦਸ ਮੰਨੇਗਾ, ਦਸ ਮੰਨੇਗਾ ਸਾਰੀਆਂ ਗੱਲਾਂ। ਪਰ ਬੇਟੀ ਕੋ ਬੇਟੀ ਜਾਣੇ ਮੰਨੇਗਾ, ਪਰ ਇਸਤਰੀ ਕੋ ਮਾਤ ਬਖਾਨੇ ਮੰਨੇਗਾ, ਭੱਜੇ ਜਾਂਦੇ ਤੇ ਵਾਰ ਨਹੀਂ ਕਰੇਗਾ, ਮੰਨੇਗਾ ਇਹ ਗੱਲ? ਅੱਜ ਤੋਂ ਕਦੀ ਵੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਪੂਜਾ ਨਹੀਂ ਕਰੇਗਾ, ਮੰਨੇਗਾ ਇਹ ਗੱਲ? ਅਤੇ ਗੱਲਾਂ ਤੁਹਾਨੂੰ ਵੀ ਅੰਮ੍ਰਿਤ ਛਕਾਉਣ ਲੱਗੀਆਂ ਸਾਰੀਆਂ ਕਹੀਆਂ। ਤੁਸੀਂ ਉਦੋਂ ਵਚਨ ਕੀਤਾ ਵੀ ਅਸੀਂ ਸਾਰੇ ਹੀ ਮੰਨਾਂਗੇ ਗੱਲਾਂ। ਫਿਰ ਸਾਨੂੰ ਸਰਟੀਫਿਕੇਟ ਮਿਲਿਆ, ਤੂੰ ਜਾ ਬੰਦਾ ਬਣ ਗਿਓ ਅੱਜ ਤੋਂ।
ਜਿਹੜੇ ਫਿਰ ਬੰਦੇ ਬਣੇ ਟੁੱਕ ਬਲ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ। ਜਿਹਨੇ ਜਿਹਨੇ ਬੰਦਾ ਬਣ ਕੇ ਵਿਖਾਇਆ, ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬਲ ਸੀ ਸਾਰਾ ਦਾ ਸਾਰਾ ਦੇ ਦਿੱਤਾ। ਉਹ ਪੰਜ ਤੀਰ ਜਿਹੜੇ ਦਿੱਤੇ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਕਿਤੇ ਲੱਕੜੀ ਅਤੇ ਤੀਲੇ ਦੀ ਚੀਜ਼ ਨਹੀਂ ਸੀ। ਉਹ ਆਖੋ ਵਾਹਿਗੁਰੂ, ਲੱਕੜੀ ਅਤੇ ਤੀਲੇ ਦੀਆਂ ਚੀਜ਼ਾਂ ਨਹੀਂ ਸੀ ਵੀ ਉਹਨੂੰ ਤੀਰ ਆਖਿਆ ਸੀ। ਉਹਨਾਂ ਪੰਜਾਂ ਦੇ ਵਿੱਚ ਆਪਣਾ ਬਲ ਰੱਖਿਆ ਸੀ ਵੀ ਜੇ ਤੂੰ ਬੰਦਾ ਬਣ ਕੇ ਰਿਹੂ ਅਤੇ ਪੰਜ ਤੀਰ ਮੈਂ ਤੈਨੂੰ ਬਖਸ਼ਣ ਲੱਗਾ, ਜਿੱਧਰ ਨੂੰ ਚਲਾਏਗਾ ਪਰਲੋ ਆ ਜਾਓ। ਜੋ ਮੈਂ ਕਹਿਣਾ ਚਾਹੁੰਦਾ ਹੈ ਵੀ ਸੁਣੋ, ਬੰਦਾ ਬਣਨਾ ਬੜਾ ਜ਼ਰੂਰੀ ਹੈ। ਬੰਦਾ ਬੰਦਾ ਤਾਂ ਬਣਿਆ ਨਹੀਂ ਤਾਂ ਵਾਹ ਗੁਰੂ ਵਾਹ ਗੁਰੂ, ਨਾਟਕ ਚਿਟਕ ਨਹੀਂ। ਉਹ ਕੰਮ ਕਰੋ ਪਹਿਲੋਂ ਜੋ ਬੰਦੇ ਬਣ ਗਏ। ਗੁਰਬਾਣੀ ਨੇ ਅੱਜ ਕਿਹਾ ਹੈ ਨਾ, ਜਿਹੜੇ ਵਿਚਾਰ ਖਾਲਸਾ ਜੀ ਸਵੇਰ ਦੇ ਕਰ ਰਹੇ, ਬੰਦੋ ਹੋਏ, ਬੋਲੋ ਬੰਦੋ ਹੋਏ। ਕਿਸੇ ਗੱਲ 'ਚ ਬੱਧਿਆ ਹੋਵੇ ਵੀ ਮੈਂ ਕਿਸੇ ਦੀ ਧੀ ਵੱਲ ਨਹੀਂ ਵੇਖ ਸਕਦਾ, ਇਸ ਗੱਲ 'ਚ ਬੱਝਾ ਹੋਵੇ ਮੈਂ ਕਿਸੇ ਦਾ ਪੈਸਾ ਨਹੀਂ ਖਾ ਸਕਦਾ, ਇਸ ਗੱਲ 'ਚ ਬੱਝਾ ਹੋਵੇ ਬੰਦਾ, ਬੰਦੋ ਬੰਦਾ ਪੜ੍ਹਦੇ ਰਹੇ। ਹੁਣ ਪੜ੍ਹ ਕੇ ਵੇਖਿਆ ਉੱਥੇ ਸ਼ਬਦ ਬੰਦੋ ਆ, ਬੰਦਾ ਨਹੀਂ। ਆਖੋ ਵਾਹਿਗੁਰੂ। ਅਸੀਂ ਬੇਅੰਤ ਕਥਾਵਾਂ ਦੇ ਵਿੱਚ ਬੰਦਾ ਹੀ ਕਿਹਾ, ਬੰਦਾ ਹੋਏ ਸੰਬੰਧਗੀ ਗਾ ਹੈ। ਬੰਦੋ ਬੰਦੋ ਜਿਹੜਾ ਕਿਸੇ ਗੱਲ 'ਚ ਬੱਝਿਆ ਗਿਆ ਅਤੇ ਫਿਰ ਕਰਕੇ ਵੇਖ, ਫਿਰ ਤੈਨੂੰ ਦਸ ਦਸ ਘੰਟੇ ਚੌਂਕੜੇ ਨਹੀਂ ਮਾਰਨੇ ਪੈਣੇ। ਇੱਕ ਵਾਰ ਜਿੰਤਵੇਂ ਸੰਵਾਰਾ, ਇੱਕ ਵਾਰ ਹੀ ਆਖਿਆ। ਨਵਾਬ ਕਪੂਰ ਸਿੰਘ ਦਾ ਲੰਮਾ ਦਾੜਾ, ਆਖੋ ਵਾਹਿਗੁਰੂ। ਜੱਸਾ ਸਿੰਘ ਆਲੂਵਾਲੀਏ ਦਾ ਲੰਮਾ ਦਾੜਾ, ਰਾਮਗੜੀਏ ਦਾ ਲੰਮਾ ਦਾੜਾ, ਜਥੇਦਾਰ ਬਘੇਲ ਸਿੰਘ ਸਾਹਿਬ ਦਾ ਲੰਮਾ ਦਾੜਾ। ਇੱਕ ਵਾਰ ਖਲੋ ਗਏ ਗਲ 'ਚ ਪੱਲਾ ਪਾ ਕੇ, ਬੰਦੇ ਸੀ ਨਾ। ਕੌਣ ਇਹ ਪੰਜੇ ਸਿੰਘ ਜਿਹਨਾਂ ਨੇ ਦਿੱਲੀ ਫਤਿਹ ਕੀਤੀ? ਕੀ ਸੀ? ਬੰਦੇ ਪਹਿਲੋਂ ਬਣੇ ਸੀ ਨਾ ਰਹਿਤ ਮਰਿਆਦਾ ਰੱਖ ਕੇ। ਅਤੇ ਅਰਦਾਸ ਤੁਸੀਂ ਵੀ ਕਰਦੇ ਹੋ ਰੋਜ਼, ਅਰਦਾਸ ਮੈਂ ਵੀ ਕਰਦਾ, ਮੰਨੀ ਕਿ ਨਹੀਂ ਜਾਂਦੀ? ਬੰਦਿਆਂ ਨੇ ਕਈ ਅਤੇ ਉਹ ਬੰਦਿਆਂ ਦੇ ਮਾਲਕ ਨੇ ਮੰਨ ਲਈ। ਸਾਹਿਬਾ ਦਿੱਲੀ 'ਤੇ ਚੱਲੇ ਹਾਂ, ਆਖੋ ਵਾਹਿਗੁਰੂ, ਦਿੱਲੀ 'ਤੇ ਚੜ੍ਹ ਕੇ ਚੱਲੇ ਹਾਂ। ਸਾਰੀਆਂ ਸ਼ਕਤੀਆਂ ਨੇ, ਫੌਜਾਂ ਕੋਲ ਨੇ, ਸ਼ਸਤਰ ਕੋਲ ਨੇ, ਘੋੜੇ ਕੋਲ ਨੇ, ਮਗਰ ਬੰਦਾ ਤਾਂ ਉਹ ਹੀ ਯਾਰ ਜਿਹੜਾ ਕਿਸੇ ਦਾਇਰੇ 'ਚ ਬੱਝਾ ਹੈ। ਕਹਿੰਦਾ ਨਹੀਂ, ਜਾਂ ਤੂੰ ਬੋਲੋ ਤਾਂ ਸਭ ਕੁਛ ਹੈ, ਮੇਰਾ ਬਲ ਵੀ ਮੇਰਾ ਤਾਣ ਵੀ। ਜੇ ਤੂੰ ਨਾਲ ਆ ਤਾਂ ਮੇਰਾ ਬਲ ਕਿਤੇ ਕੰਮ ਆਊਗਾ। ਆਖੋ ਵਾਹਿਗੁਰੂ। ਜਾਂ ਤੂੰ ਤਾਂ ਸਭ ਕੁਛ ਆ, ਜੇ ਤੇਰੀ ਅਸੀਸ ਮੇਰੇ ਨਾਲ ਆ ਤਾਂ ਸਾਰੀਆਂ ਕਲਾ ਤੇਰੀ ਅਸੀਸ ਛੁਪੀਆਂ ਮੇਰੇ ਕੋਲ ਨੇ। ਪੰਜਾਂ ਦੀ ਹੋਈ ਅਰਦਾਸ, ਹੁਕਮਨਾਮਾ ਆਇਆ, ਔਖੀ ਘੜੀ ਆਪਣਾ ਪ੍ਰਭ ਸਿਉਂ ਲਾਗ ਰਿਹਾ ਮੇਰਾ, ਆਦ ਅੰਤ ਪ੍ਰਭ ਸਦਾ
ਧਨ ਹਮਾਰਾ ਅਤੇ ਜਦੋਂ ਆਖਿਆ ਧਨ ਹਮਾਰਾ ਮੀਤ ਅਤੇ ਨਵਾਬ ਕਪੂਰ ਸਿੰਘ ਦੀ ਹਵਾ 'ਚ ਉੱਡਦੇ ਦਾੜੇ ਨੇ ਪੜਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਹਮਾਰਾ ਮੀਤ, ਧੰਨ ਹਮਾਰਾ ਮੀਤ, ਧੰਨ ਆਦੇ ਅੰਤ ਪ੍ਰਭ ਸਦਾ ਸਹਾਈ, ਆਦੇ ਅੰਤ ਪ੍ਰਭ ਸਦਾ ਸਹਾਈ, ਆਦੇ ਸਿੱਖਾ ਭਰੋਸਾ ਕਿਉਂ ਨਹੀਂ ਬਣਦਾ? ਆਖੋ ਵਾਹਿਗੁਰੂ, ਤੇਰਾ ਭਰੋਸਾ ਕਿਉਂ ਨਹੀਂ ਬਣ ਰਿਹਾ ਵੀ ਜੇ ਹੁਕਮਨਾਮਾ ਆ ਗਿਆ ਆਦ ਤੋਂ ਤੇਰੀ ਸਹਾਇਤਾ, ਉਹ ਧੰਨ ਹਮਾਰਾ ਮੇਰਾ ਮਿੱਤਰ ਧੰਨ ਆ। ਨਵਾਬ ਕਪੂਰ ਸਿੰਘ ਨੇ ਨਾਲਦਿਆਂ ਨੂੰ ਕਿਹਾ, ਸਿੰਘੋ ਗੁਰੂ ਦਾ ਇਸ਼ਾਰਾ ਆ ਗਿਆ ਹੈ, ਕੋਈ ਨਹੀਂ ਅੜ ਸਕਦਾ ਜਦੋਂ ਨਾਲ ਪ੍ਰਭ ਸਦਾ ਸਹਾਈ, ਇੱਕ ਛਿਨ ਛਿਨ ਮਾਤਰ ਵੀ ਉਹ ਸਾਡੇ ਨਾਲ ਖਲੋਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸਰੀਰ ਸਾਡੇ ਲੜਨੇ ਨੇ, ਕਲਾ ਉਹਦੀ ਚੱਲਣੀ। ਸੱਚਮੁੱਚ ਦਿੱਲੀ ਆਏ ਬਾਗਪਤ ਤੋਂ, ਮੇਰਠ ਤੋਂ, ਇਸ ਇਲਾਕਿਓਂ, ਦਿੱਲੀ ਅੜੀ ਨਹੀਂ, ਜਿਹੜਾ ਅੱਗੇ ਆਇਆ ਉਹ ਕੱਟਿਆ ਗਿਆ, ਮਾਰਿਆ ਗਿਆ, ਉਹਦੀ ਤਲਵਾਰ 'ਚ ਬਲ ਕਪੂਰ ਸਿੰਘ ਦਾ ਨਹੀਂ ਸੀ, ਉਹਦੀ ਤਲਵਾਰ 'ਚ ਬਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀ, ਹੱਥ ਕਪੂਰ ਸਿੰਘ ਦੇ ਦਿਸਦੇ ਸੀ, ਵਗਦੀ ਤਲਵਾਰ ਕਪੂਰ ਸਿੰਘ ਦਿਸ ਰਿਹਾ ਸੀ, ਬਘੇਲ ਸਿੰਘ ਦਿਸ ਰਿਹਾ ਸੀ, ਜੱਸਾ ਸਿੰਘ ਆਲੂਵਾਲੀਏ ਦੀ ਤਲਵਾਰ ਵਗਦੀ ਦਿਸਦੀ ਸੀ, ਮਗਰ ਬਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ, ਚਤੁਰ ਦਿਸ਼ਾ ਕੀਨੋ, ਚੌਵਾਂ ਦਿਸ਼ਾਵਾਂ ਦੇ ਵਿੱਚ ਤੇਗ ਵੱਜੇ, ਤੀਰ ਵੱਜੇ, ਵਰਛਾ ਵੱਜੇ, ਬਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਚੱਲਣ ਡਿਆ ਸੀ। ਵੇਖਦਿਆਂ ਹੀ ਵੇਖਦਿਆਂ ਜਿਹੜੀ ਦਿੱਲੀ ਝਟਕਾਉਂਦੀ ਰਹੀ ਸਿੱਖਾਂ ਨੂੰ, ਉਹ ਦਿੱਲੀ ਦੇ ਉੱਤੇ ਕੇਸਰੀ ਨਿਸ਼ਾਨ ਗੁਰੂ ਕੇ ਖਾਲਸੇ ਨੇ ਗੱਢ ਦਿੱਤਾ। ਮੈਂ ਕਹਿੰਦਾ ਸਿੱਖਾਂ ਤੋਂ ਕਦੀ ਲੰਮੇ ਪੈ ਸਿਰਾਣੇ 'ਤੇ ਸਿਰ ਰੱਖ, ਇਸ ਤਰ੍ਹਾਂ ਥੱਲੇ ਬਾਹਾਂ ਦੇ ਕੇ, ਖੁੱਲ੍ਹੀਆਂ ਅੱਖਾਂ, ਸ਼ਤੀਰ, ਹੁਣ ਤਾਂ ਸ਼ਤੀਰ ਤੁਹਾਡੇ ਕੋਲ ਨਹੀਂ, ਲੈਂਟਰ ਹੀ ਨੇ ਸਰਬਜੀਤ ਸਿੰਘ ਨੂੰ, ਨਹੀਂ ਤਾਂ ਲੋਕ ਪਿੱਛੇ ਸ਼ਤੀਰਾਂ ਵੱਲ ਵਹਿੰਦੇ ਸੀ। ਆਖੋ ਵਾਹਿਗੁਰੂ, ਕੀ ਪਤਾ ਸ਼ਤੀਰ ਕਹਿੰਦਾ? ਅਤੇ ਸ਼ਤੀਰਾਂ ਦੇ ਵੇਖ ਕੇ ਨਹੀਂ, ਅੱਛਾ ਸ਼ਤੀਰਾਂ ਵੱਲ ਵੇਖ ਕੇ, ਅਤੇ ਸ਼ਤੀਰਾਂ ਨਾਲ ਵੀ ਗੱਲੇ ਕਰਦੇ ਰਹਿੰਦੇ ਸੀ, ਤੁਸੀਂ ਕਿੰਨੇ ਭਾਗਾਂ ਵਾਲੇ ਹੋ? ਕਿਹਨੂੰ ਕਹਿੰਦੇ? ਤੁਸੀਂ ਇੱਕ ਪੂਰੇ ਦੇ ਪੂਰੇ ਮਕਾਨ ਦਾ ਭਾਰ ਆਪਣੇ ਲੱਕ 'ਤੇ ਝੁਲਿਆ, ਨਹੀਂ ਪੂਰੇ ਦੇ ਪੂਰੇ ਮਕਾਨ ਦਾ, ਇਸ ਮਕਾਨ ਨੂੰ ਡਿੱਗਣ ਨਹੀਂ ਦੇ ਰਹੇ, ਤੁਸੀਂ ਉਹ ਭਾਰ ਨੂੰ ਝੱਲ ਕੇ ਬੈਠੇ ਹੋ। ਸਿੱਖਾ ਤੂੰ ਵੀ, ਤੈਨੂੰ ਵੀ ਤਰਲਾ ਹੈ, ਰਾਤ ਨੂੰ ਲੰਮੇ ਪੈ ਕੇ ਕਦੀ ਤੂੰ ਵੀ ਗੱਲਾਂ ਕਰ। ਉਹ ਪੰਜ ਸ਼ਤੀਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਸਾਰੀ ਕੌਮ ਦਾ ਭਾਰ ਸਿਰ 'ਤੇ ਝੱਲ ਕੇ ਆਣ ਕੇ ਅਤੇ ਦਿੱਲੀ ਦੇ ਤਖ਼ਤ ਦੇ ਉੱਤੇ ਕੇਸਰੀ ਝੁਲਾ ਤਾ,
ਆਖੋ ਵਾਹਿਗੁਰੂ, ਗੱਜ ਕੇ ਬੋਲੋ। ਤੂੰ ਕਿੰਨਾ ਕੁ ਕੌਮ ਦਾ ਭਾਰ ਚੁੱਕਿਆ? ਆਖੋ ਵਾਹਿਗੁਰੂ। ਇੱਕ ਇੱਕ ਵੀਰ ਅਤੇ ਇੱਕ ਇੱਕ ਭੈਣ, ਥੋੜ੍ਹਾ ਚਿੱਥੋ, ਇਸ ਕੌਮ ਦੇ ਦਰਦ ਦਾ ਕਿੰਨਾ ਕੁ ਭਾਰ ਚੁੱਕਿਆ? ਆਪ ਹੀ ਕੁੱਬੇ ਹੋਏ ਬੈਠੇ ਹਾਂ। ਕੁੱਬੇ ਤੁਹਾਨੂੰ ਕਿਸੇ ਨੇ ਨਹੀਂ ਕੀਤਾ, ਕੁੱਬੇ ਤੁਹਾਨੂੰ ਵਾਸ਼ਨਾਵਾਂ ਨੇ ਕੀਤਾ ਹੈ। ਆਖੋ ਵਾਹਿਗੁਰੂ। ਕਿੰਨਾ ਨੇ ਵਾਸ਼ਨਾ ਖਾ ਗਈਆਂ ਬੰਦੇ ਨੂੰ? ਉਹਨੇ ਇੱਕ ਗੱਲ ਕੀ ਸੀ, ਅਵਰ ਵਾਸ਼ਨਾ ਨਾਹੀਂ ਪ੍ਰਭ। ਅਤੇ ਉਹ ਵਾਸ਼ਨਾ ਜਿਹਨੂੰ ਹੁੰਦੀ ਉਹ ਖਾਧਾ ਨਹੀਂ ਜਾਂਦਾ, ਉਹ ਸਗੋਂ ਬਲਵਾਨ ਹੁੰਦਾ। ਜਿਹੜੀ ਵਾਸ਼ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਅਵਰ ਵਾਸ਼ਨਾ ਨਾਹੇ ਪ੍ਰਭ ਧਰਮ ਯੁੱਧ ਕੋ ਚਾਓ। ਧਰਮ ਯੁੱਧ ਦਾ ਚਾਅ ਹੈ ਮੇਰੇ ਅੰਦਰ, ਹੋਰ ਕੋਈ ਵਾਸ਼ਨਾ ਹੀ ਨਹੀਂ ਰਹਿ ਗਈ। ਵੱਡਾ ਮਕਾਨ ਹੋਵੇ, ਵੱਡੀ ਗੱਡੀ ਹੋਵੇ, ਇਹਨਾਂ ਵੱਡੇ ਮਕਾਨ, ਵੱਡੀਆਂ ਗੱਡੀਆਂ, ਫਲਾਣੇ ਨੇ ਢੀਂਗੜੀਆਂ, ਇਹਨਾਂ ਚੀਜ਼ਾਂ ਨੇ ਸਾਡੇ ਸਰੀਰ ਨੂੰ ਜਰਜਰਾ ਕਰਤਾ ਹੈ। ਤੁਸੀਂ ਕਦੀ ਰਹਿਤ 'ਤੇ ਹੋ ਕੇ ਵੇਖੋ, ਇਹਨਾਂ ਵਾਸ਼ਨਾ ਤੋਂ ਉੱਠਦੇ ਉੱਠ ਕੇ ਤਾਂ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਮੇਰੇ ਅੰਦਰ ਇੰਨੀ ਐਨਰਜੀ ਆ, ਮੈਂ ਹਰ ਕੰਮ ਕਰ ਸਕਦਾ। ਜਿੱਧਰ ਨੂੰ ਗੁਰੂ ਇਸ਼ਾਰਾ ਕਰੇ ਮੈਂ ਉਤਰਾਂ ਤਬਾਹੀ ਮਚਾ ਸਕਦਾ ਜਿਤਰਾਂ ਬੰਦਾ ਸਿੰਘ ਨੇ ਮਚਾਈ। ਵਾਸ਼ਨਾਵਾਂ ਬੰਦੇ ਨੂੰ ਖਾ ਗਈਆਂ। ਬਾਬਾ ਜੱਸਾ ਸਿੰਘ ਸਾਹਿਬ ਨੇ ਇਹਨਾਂ ਸਾਰਿਆਂ ਗੁਰੂ ਕੇ ਸਿੱਖਾਂ ਨੇ ਨਿਸ਼ਾਨ ਚਲਾ ਲਿਆ। ਦਿੱਲੀ ਦੀ ਰਾਣੀ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਦਿੱਲੀ ਦੀ ਰਾਣੀ ਨੇ ਇੱਕੋ ਹੀ ਬਚਨ ਆਣ ਕੇ ਕਿਹਾ, ਤੁਸੀਂ ਮੈਨੂੰ ਰੋਹੇਲਿਆਂ ਕੋਲੋਂ ਬਚਾਇਆ ਸੀ। ਆਖੋ ਵਾਹਿਗੁਰੂ। ਇਹਨਾਂ ਕੋਲੋਂ ਰੋਹੇਲੇ ਸੂਰਮਿਆਂ ਨੇ ਮੈਨੂੰ ਫੜ ਲਿਆ ਸੀ, ਉੱਧਰੋਂ ਤੁਹਾਡਾ ਜਥਾ ਆ ਰਿਹਾ ਸੀ। ਪੜ੍ਹਿਆ ਇਤਿਹਾਸ, ਉੱਧਰੋਂ ਤੁਹਾਡਾ ਜਥਾ ਆ ਰਿਹਾ। ਤੁਹਾਡੇ ਗੁਰੂ ਦਾ ਹੁਕਮ ਸੀ ਵੀ ਕਿਸੇ ਦੀ ਧੀ ਨੂੰ ਆਪਣੀ ਧੀ ਮੰਨਣਾ ਹੈ, ਅਤੇ ਤੁਸੀਂ ਆਣ ਕੇ ਰੋਹੇਲੇ ਦਾ ਕਤਲ ਕਰਕੇ ਅਤੇ ਮੈਨੂੰ ਉਹਦੇ ਤੋਂ ਆਜ਼ਾਦ ਕਰਵਾਇਆ। ਆਖੋ ਵਾਹਿਗੁਰੂ। ਮੈਨੂੰ ਉਹਦੇ ਤੋਂ, ਅਤੇ ਮੈਂ ਤੁਹਾਨੂੰ ਰੋਂਦੀ ਨੇ ਪੁੱਛਿਆ ਸੀ ਵੀ ਤੁਸੀਂ ਨਾ ਮੇਰੇ ਕੁਝ ਲੱਗਦੇ, ਪਤਾ ਲੱਗ ਰਿਹਾ, ਨਾ ਤੁਹਾਡਾ ਮੇਰਾ ਕੋਈ ਰਿਸ਼ਤਾ। ਤੁਸੀਂ ਐਡੀ ਵੱਡੀ ਤੇਗ ਵਾਹ ਕੇ ਮੈਨੂੰ ਉਹਨਾਂ ਕੋਲੋਂ ਬਚਾ ਕੇ ਮੇਰੀ ਇੱਜ਼ਤ ਬਚਾਈ, ਤੁਹਾਡਾ ਮੇਰਾ ਰਿਸ਼ਤਾ ਕੀ ਆ? ਅਤੇ ਨਵਾਬ ਕਪੂਰ ਸਿੰਘ ਨੂੰ ਕਹਿੰਦੀ, ਬਾਪੂ ਤੂੰ ਮੈਨੂੰ ਕਿਹਾ ਸੀ ਕਿਸੇ ਦੀ ਧੀ ਸਾਡੀ ਧੀ ਹੁੰਦੀ, ਕਿਸੇ ਦੀ ਭੈਣ, ਅਤੇ ਤੁਸੀਂ ਭੈਣ ਸ਼ਬਦ ਬੋਲਿਆ ਸੀ ਨਾ, ਅਤੇ ਖਾਲਸੇ ਪੰਜਾਂ ਨੇ ਆਖਿਆ ਹਾਂ ਬੋਲਿਆ ਸੀ। ਇਹ ਫਿਰ ਜਿਹੜਾ ਸਾਡਾ ਰਾਜ ਭਾਗ ਜਿੱਤਿਆ ਜੇ, ਆ ਲਓ ਫਿਰ ਭੈਣ ਦੀ ਝੋਲੀ 'ਚ ਪਾ ਦਿਓ। ਦਿੱਤਾ ਬਚਨ ਗੁਰੂ ਕੇ ਸਿੱਖ ਨੇ ਪਾਲਿਆ। ਕਹਿੰਦਾ ਬੀਬਾ ਆ ਲੈ ਰਾਜ। ਨਾਲਦਿਆਂ ਲੋਕਾਂ ਨੇ, ਫੌਜਾਂ ਨੇ ਆਖਿਆ, ਦਿੱਲੀ ਫਤਿਹ ਕੀਤੀ ਵਾਪਸ ਕਰ ਰਹੇ ਹੋ? ਕਹਿੰਦੇ ਦਿੱਲੀ ਅਤੇ ਬਿੱਲੀ ਦੀ ਕਿਹੜੀ ਗੱਲ ਆ, ਜਦੋਂ ਮਰਜ਼ੀ ਮਾਰ ਲਓ। ਇਹ ਸਿੱਖਾ ਤੇਰੀ ਸੋਚ ਸੀ ਕਾਹਦੀ ਕਾਹਦੀ, ਦਿੱਲੀ ਸਾਡੇ ਲਈ, ਖਾਲਸੇ ਲਈ। ਆ ਸਾਰੇ ਦੇਸ਼ ਦੇ ਵਿੱਚ ਤਬਾਹੀ ਮਚਾਈ ਸੀ ਦੇਸ਼ ਦੇ ਬਾਦਸ਼ਾਹ ਨੇ, ਖਾਲਸੇ ਨੇ ਫਿਰ ਨਵਾ ਕੇ ਵਿਖਾਈ, ਫਤਿਹ ਕੀਤੀ ਨਾ ਹੁਣ। ਆਖੋ ਵਾਹਿਗੁਰੂ।
ਫਤਿਹ ਕੀਤੀ ਦਿੱਲੀ ਨੂੰ, ਗੁਰੂ ਕੇ ਸਿੱਖੋ, ਇਹ ਤੁਹਾਡੇ ਘਰ ਉਦੋਂ ਦੇ ਬਣੇ ਨੇ, ਇਹ ਗੁਰਦੁਆਰਾ ਸੀਸਗੰਧ ਸਾਹਿਬ ਉਦੋਂ ਦਾ ਬਣਿਆ ਹੈ, ਅਸਥਾਨ ਸੀ ਮਗਰ ਕੋਈ ਜ਼ਰੂਰਤ ਨਹੀਂ ਸੀ ਕਰਦਾ ਉੱਥੇ ਦੀਵਾ ਜਗਾਉਣ ਦੀ ਵੀ। ਆਖੋ ਵਾਹਿਗੁਰੂ। ਜਿਹੜੇ ਤੁਸੀਂ ਸੁਣੋ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਨੇ ਆਖਿਆ, ਚਲੋ ਹਾਂ ਮੇਰੇ ਨਾਲ, ਮੈਨੂੰ ਦੱਸੋ ਗੁਰੂ ਸਾਹਿਬ ਦਾ ਸ਼ਹੀਦਤ ਕਿੱਥੇ ਹੋਈ, ਅਤੇ ਤੁਸੀਂ ਬੇੜੀ 'ਚ ਚੜ੍ਹੇ, ਤੁਸੀਂ ਬੇੜੀ 'ਚ ਚੜ੍ਹੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਬੇੜੀ ਦੇ ਵਿੱਚ ਖਲੋ ਕੇ ਕਹਿੰਦੇ, ਓ ਜਿਹੜੀ ਜਗ੍ਹਾ ਹੈ ਨਾ, ਪਕੜਦਾ ਉਹ ਕੁਝ ਨਹੀਂ, ਉੱਧਰ ਕੀ ਕਹਿੰਦੇ ਫਿਰ, ਓ ਜਿਹੜੀ ਜਗ੍ਹਾ ਹੈ ਮਹਾਰਾਜ, ਉੱਥੇ ਸ਼ਹੀਦ ਕੀਤਾ। ਅਤੇ ਮਹਾਰਾਜ ਪਾਤਸ਼ਾਹ ਕਹਿੰਦੇ ਉੱਥੇ ਚੱਲੀਏ, ਕੀ ਉੱਥੇ ਚੱਲੀਏ। ਅਤੇ ਤੁਸੀਂ ਇਹ ਗੱਲ ਆਖੀ ਵੀ ਰਾਜੇ ਦਾ ਜ਼ੋਰ ਬੜਾ ਹੈ, ਔਰੰਗਜ਼ੇਬ ਦਾ ਜ਼ੋਰ ਬੜਾ ਹੈ, ਬਾਦਸ਼ਾਹ ਦਿੱਲੀ ਦਾ ਜਿਹੜਾ ਉਹਦਾ ਜ਼ੋਰ ਬੜਾ ਹੈ, ਮਹਾਰਾਜ ਟੱਬਰ ਸਫੇਦ ਮਾਰ ਦੂਗਾ। ਚਲੋ ਮੈਂ ਉਹ ਤਾਂ ਨਹੀਂ ਗੱਲ ਕਹਿੰਦਾ ਜਿਹੜੀ ਮਹਾਰਾਜ ਪਾਤਸ਼ਾਹ ਦੇ ਬਾਰੇ ਇਸ ਤਰ੍ਹਾਂ ਲਿਖੀ ਆ ਵੀ ਇਸ ਤਰ੍ਹਾਂ ਬੋਲਿਆ ਮਹਾਰਾਜ ਨੇ, ਮਗਰ ਗੁਰੂ ਕੇ ਸਿੱਖੋ, ਅੰਨ ਉਹੋ ਹੀ ਖਾਂਦੇ ਹੋ, ਪਾਣੀ ਉਹੋ ਪੀਂਦੇ ਹੋ, ਸਵਾਸ ਉਸੇ ਹਵਾ ਦੇ ਵਿੱਚ ਲੈਂਦੇ ਹੋ ਜਿਹਦੇ 'ਚ ਉਹ ਪੰਜ ਸੂਰਮੇ ਫੌਜ ਲੈ ਕੇ ਆਏ ਅਤੇ ਦਿੱਲੀ ਨੂੰ ਫਤਿਹ ਕਰਕੇ ਇੱਥੇ ਕੇਸਰੀ ਨਿਸ਼ਾਨ ਝੱਲ ਕੇ ਝੁਲਾ ਕੇ ਅਤੇ ਕਹਿ ਗਏ ਆਹ ਦਿੱਲੀ ਅਸੀਂ ਫਤਿਹ ਕੀਤੀ। ਦੋ ਪਰਮਾਨਿਆਂ ਦਾ ਅੱਜ ਹੋਰ ਦਿਨ ਮਨਾ ਰਹੇ ਨੇ। ਆਖੋ ਵਾਹਿਗੁਰੂ। ਭਾਈ ਸਾਹਿਬ ਨੇ ਰਾਤ ਨੂੰ ਖਾਲਸਾ ਜੀ ਨੇ ਕਰਨੀ ਆ, ਵਿਦਵਾਨ ਨੇ ਦੱਸਣਗੇ ਸਾਰਾ ਇਤਿਹਾਸ। ਸ਼ਾਹਬਾਜ਼ ਸਿੰਘ ਅਤੇ ਸ਼ਬੇਕ ਸਿੰਘ, 18 ਸਾਲ ਦਾ ਪੁੱਤ, 45 ਸਾਲ ਦਾ ਪਿਓ, ਪਿਓ ਅਤੇ ਪੁੱਤ ਇਕੱਠੇ ਲੈਂਦੇ, ਇੱਧਰ ਚਰਖੜੀ ਚਲਾ ਤੀ। ਆਖੋ ਵਾਹਿਗੁਰੂ। ਵੇਖ, ਜਾਂ ਤਾਂ ਮੇਰੀ ਧੀ ਦਾ ਵਿਆਹ ਕਰਾ ਲਾ ਆਪਣੇ ਪੁੱਤ ਨਾਲ। ਸ਼ਬੇਕ ਸਿੰਘ ਨੂੰ ਕਿਹਾ ਆਪਣੇ ਪੁੱਤਰ ਦੇ ਨਾਲ ਮੇਰੀ ਧੀ ਦਾ, ਮੇਰੀ ਧੀ ਅਤੇ ਤੇਰੇ ਪੁੱਤਰ ਦੀ ਜੋੜੀ ਮੈਂ ਮਨ ਵਿੱਚ ਸੋਚ ਕੇ ਵੇਖੀ ਆ, ਬੜੀ ਸੁੰਦਰ ਲੱਗੂਗੀ, ਦੁਨੀਆ ਤੋਂ ਸੋਹਣੀ ਲੱਗੂਗੀ। ਸਿੱਧਾ ਹੋ ਕੇ ਬਹੁ ਵੀ ਗੋਡਿਆਂ 'ਤੇ ਹੱਥ ਰੱਖ ਕੇ, ਇਹ ਨਹੀਂ, ਹਾਂ ਗੁਰੂ ਇੱਥੇ ਬੈਠੇ ਆ ਨਾ ਸਾਹਿਬ ਕੋਲ। ਆਖੋ ਵਾਹਿਗੁਰੂ। ਜੋੜੀ ਬੜੀ ਸੋਹਣੀ ਲੱਗੂਗੀ। ਸ਼ਬੇਕ ਸਿੰਘ ਨੇ ਆਖਿਆ ਤੂੰ ਅੱਲਾ ਅੱਲਾ ਕਰਨ ਵਾਲਾ ਹੈ ਤਾਂ ਸਾਰੇ ਰੱਬ ਦੇ ਬੰਦੇ। ਆਖੋ ਵਾਹਿਗੁਰੂ। ਅਸੀਂ ਵਾਹਿਗੁਰੂ 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 ਦਾ ਜਾਪ ਕਰਨ ਵਾਲੇ, ਤੇਰਾ ਸਾਡਾ ਰਿਸ਼ਤਾ ਬਣਨਾ ਨਹੀਂ। ਕਹਿਣ ਲੱਗਾ ਜੇ ਨਹੀਂ ਤਾਂ ਮੈਨੂੰ ਬਣਾਉਣਾ ਆਉਂਦਾ ਹੈ। ਕਾਜੀ ਕਹਿੰਦਾ ਮੈਨੂੰ ਮੇਰੀ ਚੱਲਦੀ ਹੈ ਦਰਬਾਰ ਵਿੱਚ। ਸ਼ਬੇਕ ਸਿੰਘਾ ਰੁਤਬਾ ਵੀ ਉੱਚਾ ਕਰ ਦੂੰ, ਤੇਰੇ ਪੁੱਤ ਨੂੰ ਸ਼ਾਹੀ ਮਹਿਲਾਂ ਦੇ ਵਿੱਚ ਰੱਖ ਦੂੰਗਾ, ਸਤਿਕਾਰਿਆ ਜਾਊਗਾ ਤੇਰਾ ਪੁੱਤਰ, ਮਗਰ ਇੱਕ ਵਾਰ ਆਪਣੀ ਧੀ ਜਿਹੜੀ ਮੇਰੀ ਆ ਉਹਦਾ ਨਿਕਾਹ ਆਪਣੇ ਪੁੱਤ ਨਾਲ ਪੜ੍ਹ ਦੇ। ਅਤੇ ਬਾਬਾ ਸ਼ਬੇਕ ਸਿੰਘ ਸਾਹਿਬ ਨੇ ਕਿਹਾ ਨਹੀਂ, ਸਾਡੀ ਰਹਿਤ ਮਰਜ਼ਾਦਾ 'ਚ ਲਿਖਿਆ ਸਿੱਖ ਦੀ ਬੇਟੀ ਨਾਲ ਹੀ ਸਿੱਖ ਦਾ ਆਨੰਦ ਕਰ ਜਾਵੇ। ਨਵੀਆਂ ਨਵੀਆਂ ਕੁੜੀਆਂ ਜੀਆਂ ਹੁਣ ਬਹੁਤ, ਕਿੱਥੇ ਬਰੇਲੀ ਵਿਚਾਰੇ ਰੋਏ ਸੀ ਸਾਡੇ ਅੱਗੇ ਵੀ ਸਾਡੀਆਂ ਕੁੜੀਆਂ ਹੁਣ ਸ਼ਰੇਆਮ ਕਹਿੰਦੀਆਂ ਵੀ ਸਿੱਖਾਂ ਨਾਲ ਵਿਆਹ ਨਹੀਂ ਕਰਾਉਣਾ, ਜਿਹਦੇ ਮੂੰਹ 'ਤੇ ਕੇਸ 'ਤੇ ਦਾੜੀ ਆ ਉਹ ਤਾਂ ਸਾਨੂੰ ਚੰਗੇ ਹੀ ਨਹੀਂ ਲੱਗਦੇ। ਮਰਿਆਦਾ ਦੀ ਕਾਪੀ ਪੜ੍ਹ, ਸਿੱਖ ਦੀ ਬੇਟੀ ਦਾ ਆਨੰਦ ਸਿੱਖ ਨਾਲ ਹੋਵੇ। ਆਖੋ ਵਾਹਿਗੁਰੂ। ਉਹਨੇ ਕਿਹਾ ਸਾਡੀ ਮਰਿਆਦਾ ਨਹੀਂ ਇਹ ਕੁਝ ਕਹਿੰਦੀ, ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਦੋਵੇਂ ਪਾਸੇ
ਆ ਹੋਰ ਵੀ ਧੋਖੇ ਬੜੇ ਹੁੰਦੇ ਜੇ ਸਿੱਖਾਂ ਦੇ ਘਰਾਂ ਦੇ ਵਿੱਚ ਸਿੱਖੀ ਸਰੂਪ ਵਾਲੇ ਰਾਧਾ ਸਵਾਮੀ ਪਰਿਵਾਰ ਪਕੜ ਰਹੇ ਹੋ ਕਿਹੜੇ? ਉਦੋਂ ਨਹੀਂ ਦੱਸਦੇ ਵੀ ਆਪਾਂ ਉੱਥੇ ਜਾਂਦੇ ਹਾਂ, ਜਦੋਂ ਰਿਸ਼ਤਾ ਹੋ ਜਾਂਦਾ ਹੈ ਤਾਂ ਫਿਰ ਅੰਮ੍ਰਿਤਧਾਰੀ ਬੱਚੇ ਨੂੰ ਕਹਿੰਦੇ ਚੱਲ ਉੱਥੇ ਚੱਲੀਏ। ਸਿੱਖਾ ਧੀ ਮੰਗਣ ਲੱਗਾ, ਪੁੱਤ ਮੰਗਣ ਲੱਗਾ, ਅੱਖਾਂ ਖੋਲ੍ਹ ਕੇ ਰਿਸ਼ਤਾ ਕਰੀ। ਪਹਿਲੋਂ ਪਿਛਲੀਆਂ ਪੀੜ੍ਹੀਆਂ ਤੱਕ ਪੁੱਛੀ ਵੀ ਇਹ ਟੱਬਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਜਿਨ ਸਤਿਗੁਰ ਨਾਲ, ਇਹਨਾਂ ਦਾ ਪਿਆਰ ਗੁਰੂ ਨਾਲ ਹੈ। ਸ਼ਬੇਕ ਸਿੰਘ ਨੇ ਕਿਹਾ ਰਿਸ਼ਤਾ ਨਹੀਂ ਹੋ ਸਕਦਾ। ਫਿਰ ਉਹਨੇ ਕਿਹਾ ਮੈਂ ਸਜ਼ਾ ਦਊਂ, ਮੌਤ ਦਊਂਗਾ ਸ਼ਬੇਕ ਸਿੰਘ ਇਹੋ ਜੀ ਜਿਹੜੀ ਦੁਨੀਆ ਯਾਦ ਕਰੂ। ਕਹਿੰਦਾ ਮੌਤ ਤੇ ਮੌਤ ਹੀ ਆ, ਭਾਵੇਂ ਠੇਡਾ ਲੱਗ ਕੇ ਆ ਜਾਏ। ਹਾਂ ਵੀ ਦਿਲਜੀਤ ਸਿੰਘ ਆ, ਭਾਵੇਂ ਸੱਪ ਲੜ ਕੇ ਆ ਜਾਏ, ਭਾਵੇਂ ਖੋਪਰੀ ਲੱਥ ਕੇ ਆ ਜਾਏ, ਸਾਡੇ ਤੇ ਵੱਡਿਆਂ ਦਾ ਇਤਿਹਾਸ ਆ, ਤੂੰ ਆਪਣੀ ਇਹ ਵੀ ਰੀਝ ਲਾ ਲਾ ਵੀ ਕਿੱਧਰ ਜਾਣਾ। ਆਖੋ ਵਾਹਿਗੁਰੂ। ਅੱਛਾ ਉਹਨਾਂ ਦਾ, ਸਾਡਾ ਨਹੀਂ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਮੌਤ ਤਾਂ ਕਿਸ ਤਰ੍ਹਾਂ ਵੀ ਆ ਜਾਏ, ਮੌਤ ਤਾਂ ਮੌਤ ਹੀ, ਕਹਿਣਾ ਤਾਂ ਇਹੀ ਆ ਮਰ ਗਿਆ। ਇਹ ਇਮਤਿਹਾਨ ਸੂਰਮੇ ਦਾ ਹੁੰਦਾ ਹੈ, ਭਾਵੇਂ ਬੰਦ ਬੰਦ ਕੱਟ ਕੇ ਆਵੇ ਉਹ ਵੀ ਮੌਤ ਆ, ਭਾਵੇਂ ਸੱਪ ਲੜ ਕੇ ਆ ਜਾਏ ਉਹ ਵੀ ਮੌਤ ਆ, ਮੌਤ ਤਾਂ ਮੌਤ ਹੀ ਆ। ਤੂੰ ਵੀ ਆਪਣੀ ਰੀਝ ਲਾ ਕੇ। ਉਹਨੇ ਕਿਹਾ ਫਿਰ ਤੈਨੂੰ ਪਤਾ ਨਹੀਂ, ਆ ਉਹ ਚਰਖੜੀ ਹੈ ਨਾ ਜਿਹੜੀ, ਇਹਦੇ ਉੱਤੇ ਇੱਕ ਪਾਸੇ ਤੇਰਾ ਪੁੱਤ ਬੰਨਦਾਂਗੇ, ਇੱਕ ਪੁੱਤ ਇੱਕ ਪਾਸੇ ਤੈਨੂੰ ਬੰਨਦਾਂਗੇ, ਗੇੜ ਦਾਂਗੇ ਚਰਖੜੀ ਨੂੰ। ਸ਼ਬੇਕ ਸਿੰਘ ਆ, ਤੂੰ ਅਜੇ ਅੱਖਾਂ ਨਾਲ ਵੇਖਿਆ ਨਹੀਂ, ਜਦੋਂ ਚਰਖੜੀ ਦੇ ਦੰਦੇ ਖੁੱਭੇ ਨਾ ਤੇਰੇ ਪੁੱਤ ਦੇ ਪੱਟਾਂ 'ਚ, ਤੇਰੇ ਪੁੱਤ ਦੀਆਂ ਬਾਹਾਂ 'ਚ ਐਡੇ ਐਡੇ ਲੋਥੜੇ ਜਦੋਂ ਉੱਡੇ, ਅਤੇ ਤੂੰ ਅੱਖਾਂ ਨਾਲ ਉਹ ਕੁਝ ਵੇਖਿਆ ਨਹੀਂ, ਵੇਖੇਗਾ ਤਾਂ ਮੰਨ ਜਾਏਗਾ। ਕਹਿੰਦਾ ਇਹ ਵੀ ਕਰਕੇ ਵੇਖ ਲਾ। ਅੱਜ ਜਿਹੜਾ ਦਿਨ ਮਨਾਇਆ ਜਾ ਰਿਹਾ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ, ਇੱਕ ਦਿਨ ਅਸੀਂ ਇਤਿਹਾਸ ਦੇ ਪੰਨੇ ਨੂੰ ਆਪਣੇ ਲਹੂ ਨਾਲ ਲਿਖਿਆ। ਜਿਹੜੀਆਂ ਬੋਟੀਆਂ ਡਿੱਗੀਆਂ ਹੈ ਨਾ ਉੱਡ ਕੇ, ਉਹਨਾਂ ਬੋਟੀਆਂ ਦੇ ਨਾਲ ਅਸੀਂ ਇਤਿਹਾਸ ਲਿਖਿਆ ਵੀ ਸਿੱਖ ਇੱਥੋਂ ਤੱਕ ਵੀ ਆ। ਰੋਜ਼ ਅਰਦਾਸ ਹੋਏ ਯਾਦ ਕਰਦੇ ਹੋ ਜਿਹੜੇ ਗੁਰੂ ਕੇ ਸਿੱਖ ਚਰਖੜੀਆਂ 'ਤੇ ਚਾੜੇ ਗਏ, ਕਰਦੇ ਹੋ? ਅਤੇ ਜਿਹਨੂੰ ਰੋਜ਼ ਯਾਦ ਕੀਤਾ ਹੋਵੇ ਮਰਿਆ ਨਹੀਂ ਹੁੰਦਾ। ਮਰਿਆ ਹਮਾਯੂ ਆ, ਮਰਿਆ ਬਾਬਰ ਆ, ਮਰਿਆ ਆਹ ਔਰੰਗਜ਼ੇਬ ਆ ਜਿਹਦਾ ਕੋਈ, ਅਤੇ ਨਾਮ ਵੀ ਤੁਸੀਂ ਉੱਥੇ ਲੈਂਦੇ ਹੋ ਜਿੱਥੇ ਰੱਬ ਦੀ ਸਭਾ 'ਚ, ਰੱਬ ਦੀ ਸਭਾ ਲੱਗੀ, ਅਕਾਲ ਪੁਰਖ ਦਾ ਪ੍ਰਕਾਸ਼ ਹੋਇਆ ਸਾਹਮਣੇ ਅਕਾਲੀ ਬਾਣੀ ਦਾ, ਉਹਦੀ ਹਜ਼ੂਰੀ 'ਚ ਤੁਸੀਂ ਰੋਜ਼ ਉਹਨਾਂ ਦਾ ਜ਼ਿਕਰ ਕਰਦੇ ਹੋ ਜਿਹੜੇ ਗੁਰੂ ਕੇ ਪਿਆਰੇ ਚਰਖੜੀਆਂ 'ਤੇ ਚਾੜੇ ਗਏ, ਆਰਿਆਂ ਨਾਲ ਚੀਰੇ ਗਏ, ਤੱਤੀਆਂ ਤਵੀਆਂ 'ਤੇ ਬਾਲੇ ਗਏ, ਚਲਦੀਆਂ ਚਿਮਨੀਆਂ ਵਿੱਚ ਭੱਠੀਆਂ ਵਿੱਚ ਸਾੜ ਦਿੱਤੇ ਗਏ। ਉਹ ਗੁਰਸਿੱਖ ਮਰੇ ਤਾਂ ਸੀ ਮਗਰ ਇਤਿਹਾਸ ਦਾ ਪੰਨਾ ਬਣ ਗਏ। ਅੱਜ ਉਹਨਾਂ ਗੁਰਸਿੱਖਾਂ ਦਾ ਸ਼ਹੀਦੀ ਦਿਨ ਵੀ ਆ, ਆਖੋ ਵਾਹਿਗੁਰੂ, ਅਤੇ ਫਤਿਹ ਦਿਵਸ ਵੀ ਆ। ਮੈਂ ਰਾਤੀ ਵੀ ਇੱਕ ਗੱਲ ਕਹੀ ਸੀ ਜਿਹੜੀ ਮੈਂ ਮਹਿਸੂਸ ਕਰਦਾ, ਵੇਖੋ ਮੈਂ ਦੁਨੀਆਂ ਨੂੰ ਖੁਸ਼ ਕਰਨ ਵਾਲਾ ਪ੍ਰਚਾਰਕ ਨਹੀਂ, ਜਿਸ ਦਿੱਲੀ ਨੂੰ ਤੁਸੀਂ ਕਦੀ ਫਤਿਹ ਕੀਤਾ ਸੀ, ਉਹ ਮੁੰਡੇ ਨੂੰ ਕਹੋ ਚੌਂਕੜਾ ਮਾਰੇ, ਚੌਂਕੜਾ ਮਾਰ ਪੁੱਤ, ਹਾਂ ਤੈਨੂੰ ਕਿਹਾ। ਉਹ ਦਿੱਲੀ ਦੇ ਅੱਜ ਤਲਵੇ ਚੱਟ ਰਹੇ ਸਿੱਖ, ਜੋ ਮੈਨੂੰ ਦਿਸਦਾ, ਅਤੇ ਮੇਰਾ ਬਾਪ ਕਹਿੰਦਾ ਬੋਲ,
ਅੱਜ ਕਿਹੜੇ ਕਲੇਜੇ ਭਰੇ ਦੇ ਨਾਲ ਆਪਾਂ ਆਖਾਂਗੇ ਅਸੀਂ ਦਿੱਲੀ ਫਤਿਹ ਕੀਤੀ ਸੀ ਕਦੀ। ਅੱਜ ਦਿੱਲੀ ਨੇ ਸਾਡਾ ਹਰ ਸਿੱਖ ਆਪਣੇ ਕਲਵੇ 'ਚ ਲੈ ਲਿਆ। ਸਮਝ ਨਹੀਂ ਲੱਗ ਰਹੀ? ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ 2-4-5 ਰੂਹਾਂ ਛੱਡ ਕੇ ਹਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਧੇ ਜਾਂ ਅਸਿੱਧੇ ਦਿੱਲੀ ਦਾ ਕਬਜ਼ਾ ਹੈ। ਫਤਿਹ ਦਿਵਸ ਮਨਾਓ, ਮੁਬਾਰਕ ਨੇ। ਮੈਂ ਹੱਥ ਜੋੜਦਾ ਕਲਗੀਆਂ ਵਾਲਿਆ ਪਾਤਸ਼ਾਹ, ਇਹ ਕੌਮ ਹਰ ਵਾਰ ਫਤਿਹ ਦਿਵਸ ਬੁਲਾਵੇ, ਮਨਾਵੇ ਵੀ, ਜਕਾਰੇ ਵੀ ਛੱਡੇ, ਨਗਾਰੇ ਵੀ ਵੱਜਣ, ਮਗਰ ਸਿੱਖ ਕਦੀ ਦਿੱਲੀ ਦੇ ਚਰਨਾਂ 'ਚ ਨਾ ਬੈਠੇ। ਦਿੱਲੀ ਨੂੰ ਜਿਹਨੂੰ ਫਤਿਹ ਕੀਤਾ ਹੁੰਦਾ ਨਾ, ਆਖੋ ਵਾਹਿਗੁਰੂ, ਜਿਹੜਾ ਘੋੜਾ ਹੁੰਦਾ ਨਾ ਘੋੜਾ, ਇਹਨੂੰ ਪੈਨੂੰ ਚਲਾਉਣਾ ਸਿਖਾ ਕੇ ਫਿਰ ਉਹਦੇ ਉੱਤੇ ਸਵਾਰੀ ਕਰੀਦੀ, ਨਹੀਂ ਪਤਾ ਲੱਗਾ? ਨਹੀਂ, ਘੋੜਾ ਜਿਹੜਾ ਹੈ ਪਹਿਲੇ ਦਿਨ ਚੜ੍ਹ ਨਹੀਂ ਦਿੰਦਾ, ਦੂਸਰੇ ਦਿਨ ਨਹੀਂ ਚੜ੍ਹ ਦਿੰਦਾ, ਤੀਸਰੇ ਦਿਨ ਨਹੀਂ ਚੜ੍ਹ ਦਿੰਦਾ। ਇੱਕ ਦਿਨ ਐਸਾ ਆਉਂਦਾ ਹੈ ਜਿਹੜਾ ਸਵਾਰ ਆ ਉਹਨੂੰ ਆਪਣੇ ਥੱਲੇ ਲੈ ਲੈਂਦਾ ਹੈ। ਜਦੋਂ ਤੁਸੀਂ ਦਿੱਲੀ ਨੂੰ ਥੱਲੇ ਲਿਆ ਹੈ ਤਾਂ ਹੁਣ ਦਿੱਲੀ ਦੇ ਥੱਲੇ ਕਿਉਂ ਲੱਗਦੇ ਹੋ? ਮਰ ਜਾਓਗੇ ਨਾ, ਵੱਡੀ ਗੱਲ ਤਾਂ ਮਰ ਹੀ ਜਾਓਗੇ ਨਾ, ਪਹਿਲੀ ਵਾਰ ਮਰਨ ਲੱਗੇ ਹੋ। ਤੁਹਾਡੀਆਂ ਨੇ ਬੱਚੇ ਕਰਵਾ ਕਰਵਾ ਕੇ ਐਡੇ ਐਡੇ ਟੋਟੇ ਗਲਾਂ 'ਚ ਹਾਰ ਪਵਾਏ ਨੇ, ਉਹ ਵੀ ਤਾਂ ਸੀ। ਆਪਣੀ ਜ਼ਮੀਰ ਨੂੰ ਜਿੰਦਾ ਰੱਖੋ। ਇੱਕ ਤੋਂ ਬਿਨਾਂ ਕਿਸੇ ਦੇ ਥੱਲੇ ਨਾ ਲੱਗੋ, ਆਖੋ ਵਾਹਿਗੁਰੂ। ਹਰ ਵੇਲੇ ਰਹਿ ਰਸ ਕਰਦਿਆਂ, ਜਪਜੀ ਸਾਹਿਬ ਪੜ੍ਹਦਿਆਂ, ਸੁਣਦਿਆਂ, ਬਹਿੰਦਿਆਂ, ਰੋਟੀ ਖਾਂਦਿਆਂ ਤੈਨੂੰ ਇਹ ਅਭਾਵ ਹੋਵੇ, ਮੈਂ ਗੁਲਾਮ ਹਾਂ ਮਗਰ ਇਹਦਾ, ਮੈਂ ਦਿੱਲੀਏ ਤੇਰਾ ਗੁਲਾਮ ਨਹੀਂ। ਸਿੱਖਾ ਧੀਏ, ਮੈਂ ਕੱਲ੍ਹ ਵੀ ਪਰਸੋਂ ਕਿਹਾ ਸੀ ਵੀ ਗੋਲ ਗੱਪੇ ਖਾ ਖਾ ਕੇ, ਖੱਟੇ ਖਾ ਖਾ ਕੇ ਤੁਸਾਂ ਸਿੱਖ ਬੱਚਿਆਂ ਨੇ, ਸਿੱਖ ਬੱਚੀਆਂ ਨੇ ਆਪਣਾ ਅਸਤਿਤਵ ਵੀ ਗਵਾਤਾ ਹੈ। ਉੱਥੇ ਰੇਹੜੀ 'ਤੇ ਖਲੋ ਕੇ ਉੱਥੋਂ ਖਾਣ ਲੱਗ ਪਓ। ਲੰਗਰ ਗੁਰਦੁਆਰੇ ਛਕਿਆ ਕਰ ਜਾਂ ਘਰ ਛਕਿਆ ਕਰ, ਗੁਰੂ ਨੂੰ ਕਿਹਾ ਕਰ ਇੱਕ ਇੱਕ ਦਾਣੇ ਦੇ ਵਿੱਚੋਂ ਮੈਨੂੰ ਐਨਰਜੀ ਦੇ। ਮੇਰੇ ਵੱਡੇ ਵਡੇਰੇ 10 ਲੱਖ ਨਾਲ ਲੜੇ, ਸਤਿਗੁਰੂ ਮੈਨੂੰ ਵੀ ਸ਼ਕਤੀ ਦੇ। ਵੇਖੋ ਇਹ ਇਤਿਹਾਸਿਕ ਸਿੱਖੀ ਦਾ ਇਹ ਜਿਹੜਾ ਪੁਰਾਣਾ ਨਹੀਂ ਹੋਣਾ, ਆਖੋ ਵਾਹਿਗੁਰੂ, ਬੋਲੋ ਭਲਾ, ਸਿੱਖੀ ਦਾ ਇਤਿਹਾਸ ਜਿਹੜਾ ਹੋਰ ਸਾਰੇ ਇਤਿਹਾਸ ਪੁਰਾਣੇ ਹੋ ਰਹੇ, ਅਗਲੇ ਉਂਗਲਾਂ ਚੁੱਕ ਰਹੇ ਨੇ, ਆਹ ਕਿਸ ਤਰ੍ਹਾਂ ਹੋ ਸਕਦਾ? ਅਸੀਂ ਨਹੀਂ ਕਿਹਾ ਵੀ ਇਸ ਤਰ੍ਹਾਂ ਹੁੰਦਾ ਸੀ, ਆਹ ਕੁਝ ਹੁੰਦਾ ਸੀ, ਅਸੀਂ ਕਰਕੇ ਵਿਖਾਇਆ ਸਿੱਖਾ, ਅਸੀਂ 10 ਲੱਖ ਨਾਲ ਲੜ ਕੇ ਵਿਖਾਇਆ ਹੈ, ਅਸੀਂ ਜੂਝ ਕੇ ਵਿਖਾਇਆ ਹੈ, ਅਸੀਂ ਤੀਰਾਂ ਦੀ ਵਰਖਾ ਕਰਕੇ ਵਿਖਾਈ ਆ, ਅਸੀਂ ਤੇਗ ਵਾਹ ਕੇ ਵਿਖਾਈ ਆ। ਕਿਸੇ ਲਿਖਾਰੀ ਨੇ ਲਿਖਿਆ, ਜਦੋਂ ਬਾਬਾ ਅਜੀਤ ਸਿੰਘ ਸਾਹਿਬ ਤੇਗ ਵਾਹੁੰਦੇ ਸੀ ਅਤੇ ਲਿਖਾਰੀ ਪਿੱਛੇ ਬੈਠਾ ਕਹਿੰਦਾ ਸੀ, ਅਜੀਤ ਸਿੰਘ ਮੈਂ ਹੋਰ ਤਾਂ ਨਹੀਂ ਕੋਈ ਕਹਿ ਸਕਦਾ, ਮੈਂ ਇੰਨੇ ਕਲਮ ਇਤਿਹਾਸ ਵਿੱਚ ਲਿਖ ਕੇ ਚੱਲ ਚੱਲਿਆ ਵੀ ਚਾਰੇ ਯੁੱਗ ਕਹਾਣੀ ਚੱਲੂ ਤੇਗ ਦੀ, ਜਿਹੜੀ ਤੂੰ ਤੇਗ ਵਾਹੀ ਆ, ਚੌਵਾਂ ਯੁੱਗਾਂ 'ਚ ਤੇਰੀ ਵਾਹੀ ਹੋਈ ਤੇਗ ਦੀਆਂ ਕਹਾਣੀਆਂ ਪੈਣਗੀਆਂ। ਤੁਹਾਨੂੰ ਵਧਾਈਆਂ ਫਤਿਹ ਦਿਵਸ ਦੀਆਂ। ਝੂਠਾ ਜਿਹਾ ਤਰਵਾਸ ਆ, ਅੱਖ ਵਾਹਿਗੁਰੂ, ਆਪਾਂ ਦਈਏ ਆਪਣੇ ਆਪ ਨੂੰ, ਫਿਰ ਵੀ ਦਈਏ ਵੀ ਅਸੀਂ ਕਦੀ ਫਤਿਹ ਕੀਤੀ ਸੀ, ਮਗਰ ਅੱਜ ਦੀ ਹਾਲਤ ਜ਼ਰੂਰ ਵੇਖਿਓ। ਬਾਣੀ ਪੜ੍ਹੋਗੇ ਸੱਚਮੁੱਚ ਕਿਸੇ ਦੇ ਥੱਲੇ ਨਹੀਂ ਲੱਗੋਗੇ, ਬਾਣੀ ਨਹੀਂ ਪੜ੍ਹੋਗੇ
ਅਤੇ ਫਿਰ ਇੱਕ ਇੱਕ ਥਾਂ ਥਾਂ ਦੇ ਉੱਤੇ ਤੁਹਾਨੂੰ ਸਿਰ ਨਵਾਉਣਾ ਪੈਣਾ ਹੈ। ਇੱਕ ਦੇ ਅੱਗੇ ਸਿਰ ਨਵਾ ਦਿਓ, ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ 'ਤੇ ਕਿਰਪਾ ਕਰੇ, ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰੇ। ਇਹ ਕੌਮ ਚੜ੍ਹਦੀ ਕਲਾ 'ਚ ਸੀ ਹੈ, ਰਹੇਗੀ। ਇੱਕ ਗੱਲ ਪੱਕੀ ਬੰਨ ਛੱਡਿਓ, ਚੜ੍ਹਦੀ ਕਲਾ 'ਚ ਕਦੀ ਦੋ ਰਹਿ ਗਏ ਸੀ, ਤਾਂ ਵੀ ਉਹਨਾਂ ਨੇ ਬਾਬਾ ਗਰਜਾ ਸਿੰਘ ਅਤੇ ਬੋਤਾ ਸਿੰਘ ਨੇ ਕਿਹਾ ਸੀ ਆਹ ਸੁਨੇਹਾ ਸਾਡਾ ਦੇ ਦਿਓ ਵੀ ਖਾਲਸੇ ਦਾ। ਉਹਨੇ ਪੁੱਛਿਆ ਕਿੰਨੇ ਟੈਕਸ ਲਾ ਤਾ, ਕਹਿੰਦਾ ਖਾਲਸੇ ਨੇ ਲਾ ਤਾ। ਗੁਰੂ ਕਿਰਪਾ ਕਰੇ, ਸਾਰੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਆਓ ਅੱਜ ਵਾਲੇ ਹੁਣ ਸ਼ਬਦ ਦੀ ਵਿਚਾਰ ਕਰੀਏ, ਮਾਰੋ ਚੌਂਕੜੇ। ਜਾਪ ਸਾਹਿਬ ਦੀ ਵਿਚਾਰ ਆ, ਮਨ ਨੂੰ ਇਕਾਗਰ ਕਰਨਾ ਪੈਣਾ ਹੈ ਜਾਪ ਸਾਹਿਬ ਦੀ ਵਿਚਾਰ ਸੁਣਨ ਨੂੰ, ਉਹਨਾਂ ਮੰਡਲਾਂ ਵਿੱਚ ਖੜਨਾ ਪੈਣਾ ਹੈ। ਆਖੋ ਵਾਹਿਗੁਰੂ, ਕਿੰਨਾ 'ਚ ਜਿਨ੍ਹਾਂ ਮੰਡਲਾਂ 'ਚ ਜਾ ਕੇ ਬਾਣੀ ਉਚਾਰਨ ਕੀਤੀ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ, ਉਸ ਚੱਕਰ ਨੂੰ ਵੇਖੋ। ਉਹ ਚੱਕਰ ਨਹੀਂ ਸਿਰ ਵਾਲਾ, ਉਹ ਚੱਕਰ, ਮਗਰ ਉਹ ਵੀ ਉਹ ਤਿੱਖੇ ਵਾਲਾ ਨਹੀਂ, ਦਮਾਲੇ 'ਤੇ ਪਾਉਣ ਵਾਲਾ ਚੱਕਰ ਹੋਰ ਹੁੰਦਾ ਹੈ। ਆਖੋ ਵਾਹਿਗੁਰੂ, ਉੱਨੀ ਸਾਲ ਦੀ ਉਮਰ ਕਿੰਨੀ ਅਤੇ ਉਹ ਪਾਇਆ ਹੋਇਆ ਗੋਲ ਦਮਾਲੇ ਦੇ ਉੱਤੇ ਚੱਕਰ, ਵੇਖੋ ਨਾ ਸੁਰਤ ਵਿੱਚ। ਅਤੇ ਵੱਜਿਆ ਹੋਇਆ ਚੌਂਕੜਾ ਵੇਖੋ ਪਾਉਂਟਾ ਸਾਹਿਬ ਦੀ, ਉਸ ਮੁਬਾਰਕ ਧਰਤੀ ਦੇ ਉੱਤੇ ਜਮੁਨਾ ਨਦੀ ਦੇ ਕੰਢੇ 'ਤੇ ਵੱਜਾ ਚੌਂਕੜਾ ਵੇਖੋ, ਕਿਸੇ ਉਸ ਤੰਦਰਾ ਵਿੱਚ ਬੈਠੇ ਹੋਏ ਨੂੰ ਵੇਖੋ, ਜਦੋਂ ਉਹਨੇ ਸਾਰਾ ਆਪਣਾ ਆਪ ਇਕੱਠਾ ਕਰ ਲਿਆ। ਜਾਪ ਸਾਹਿਬ ਜੇ ਹੁਣ ਤੁਹਾਨੂੰ ਪੜ੍ਹਨ ਨੂੰ ਇਕੱਠਾ ਕਰਨਾ ਪੈਂਦਾ ਹੈ ਨਾ, ਉਚਾਰਨ ਲਈ ਕਿੰਨੀ ਐਨਰਜੀ ਲੱਗੀ। ਉਹ ਇੱਕ ਇੱਕ ਸ਼ਬਦ ਕਿਤੋਂ ਪਤਾ ਨਹੀਂ ਕਿੱਥੋਂ ਲਿਆਂਦਾ ਹੈ। ਕੋਈ ਗੁਰਮੁਖ ਪਿਆਰਾ ਕਹਿੰਦਾ ਸੀ ਇੱਕ ਸ਼ਬਦ ਆ ਵਾਹਦ, ਬੋਲੋ ਬੱਬੇ ਨੂੰ ਕੰਨਾ ਹਾਹਾ, ਦੱਦਾ ਕੀ ਬਣਿਆ, ਕੀ ਅਰਥ ਕੀ ਇਹਦਾ। ਨਹੀਂ ਅੱਛਾ, ਬਸ ਜਿਉਂਦਾ ਰਹੋ। ਕੀ ਨਾਂ ਤੇਰਾ? ਨਿਰਮਲ ਸਿੰਘ। ਉਹਨੇ ਕਿਹਾ ਵਾਹਦ ਦਾ ਅਰਥ ਹੈ ਇੱਕ, ਇੱਕ ਵਾਹਦ ਜਿਹੜਾ ਜਾਪ ਸਾਹਿਬ ਹੈ ਨਾ, ਇਹਦੇ 'ਚ ਦੂਸਰੀ ਗੱਲ ਨਹੀਂ ਹੈਗੀ। ਵਾਹਦ ਪ੍ਰਸਤੀ ਦਾ ਹੜ ਆ ਜਾਪ ਸਾਹਿਬ, ਹੜ ਨਹੀਂ ਪਤਾ ਨਹੀਂ, ਜਦੋਂ ਹੜ ਆਉਂਦਾ ਹੈ ਪਾੜ ਆਉਂਦੀ ਅਤੇ ਚਾਰ ਚੁਫੇਰੇ ਕੀ ਦਿਸਦਾ, ਮੀਲਾਂ ਤੱਕ ਉੱਚੀ ਬੋਲੋ।
ਚਾਰ ਸਵੇਰੇ ਪਾਣੀ 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 ਪਾਣੀ, ਜਿਹਦੇ ਵਿੱਚ ਕਿੱਕਰਾਂ ਡੁੱਬੀਆਂ, ਸਫੈਦੇ ਡੁੱਬੇ, ਫਸਲਾਂ ਡੁੱਬੀਆਂ, ਜਾਪ ਸਾਹਿਬ ਦੇ ਵਿੱਚ ਵੀ ਸ਼ਿਵਜੀ ਫਾਇਰ ਬ੍ਰਿਗੇਡ ਨੂੰ ਬੁਲਾ ਲੈਣ, ਕੀ ਆਖਿਆ ਕਿ ਸਾਡੇ ਘਰ ਪਤਾ ਨਹੀਂ ਪੇਟੀ ਦੇ ਥੱਲੇ ਕੀ ਦਿਸ ਰਿਹਾ ਪੂਛ ਵਾਲਾ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਵਾਹਿਗੁਰੂ, ਕਦੀ ਆ ਤੁਹਾਡੇ ਕੋਲ ਮਜਨੂੰ ਟਿੱਲਾ ਵੇਖਿਆ ਗਏ ਹੋ ਕਦੀ, ਆਖੋ ਵਾਹਿਗੁਰੂ। ਇੱਥੇ ਜਹਾਂਗੀਰ ਬਾਦਸ਼ਾਹ ਨੇ ਹੱਥ ਜੋੜ ਕੇ ਆਖਿਆ, ਸਤਿਗੁਰੂ ਇਸ ਜਮੁਨਾ ਦੀ ਝੱਲ ਦੇ ਵਿੱਚ ਇੱਕ ਸ਼ੇਰ ਰਹਿੰਦਾ ਹੈ, ਮਗਰ ਬੜਾ ਪੁਰਾਣਾ ਹੈ, ਆ ਮੈਨੂੰ ਟਿੱਲੇ ਵਾਲੀ ਜਗ੍ਹਾ 'ਤੇ, ਅਤੇ ਵੱਡਾ ਖੂੰਖਾਰ ਸ਼ੇਰ ਆ, ਜਿੰਨੀ ਵਾਰ ਮੈਂ ਜਰਨੈਲ ਭੇਜੇ ਨੇ ਵੀ ਉਹਦਾ ਸ਼ਿਕਾਰ ਕਰਕੇ ਆਇਓ, ਸ਼ਿਕਾਰ 'ਤੇ ਧਾਮ ਸਾਹਿਬ ਕਿੱਧਰ ਵੇਖ ਰਿਹਾ, ਕਮਾਲ ਹੋ ਗਈ ਵੀ, ਅੱਖ ਵਾਹਿਗੁਰੂ। ਜਿੰਨੀ ਵਾਰ ਮੈਂ ਜਰਨੈਲ ਭੇਜੇ ਨੇ ਵੀ ਉਹ ਸ਼ੇਰ ਦਾ ਸ਼ਿਕਾਰ ਕਰਕੇ, ਸਾਰੇ ਦੇ ਸਾਰੇ ਜਰਨੈਲ ਮੇਰੇ ਸ਼ੇਰ ਨੇ ਖਾ ਲਿਆ, ਐਡਾ ਤਕੜਾ ਹੈ, ਕਿਸੇ ਨੇ ਝਾਲ ਉਹਦੀ ਝੱਲੀ ਨਹੀਂ, ਅਤੇ ਤੁਸੀਂ ਬੜੇ ਸੂਰਮੇ ਜੇ। ਦਿੱਲੀ ਦਾ ਬਾਦਸ਼ਾਹ ਬਾਦਸ਼ਾਹ ਨੂੰ ਕਹਿ ਰਿਹਾ, ਦਿੱਲੀ ਦਾ ਬਾਦਸ਼ਾਹ ਬਾਦਸ਼ਾਹ ਨੂੰ ਕਹਿ ਰਿਹਾ। ਰਾਤੀ ਜਦੋਂ ਮੈਂ ਕੀਤੇ ਸੀ ਨਾ ਬਚਨ, ਅੱਖ ਵਾਹਿਗੁਰੂ, ਵੀ ਜਮੁਨਾ ਨੇ ਇੱਥੇ ਆਣ ਕੇ ਦਮ ਤੋੜਤਾ, ਅਤੇ ਜਿਹੜੇ ਜਮੁਨਾ ਵੱਲ ਜੁੜ ਗਏ ਉਹਨਾਂ ਦੀ ਸੁਰਤ 'ਚ ਵੀ ਕੀੜੇ ਪੈ ਗਏ, ਅਤੇ ਜਮੁਨਾ 'ਚ ਵੀ ਇਹਨਾਂ ਨੂੰ ਬਾਦਸ਼ਾਹ ਹੀ ਤਾਂ ਦਿਸੀ, ਦਿੱਲੀ ਦੀ ਹਾਜ਼ਰ ਹੋ ਦਿੱਲੀ ਦੀ, ਮਗਰ ਕਾਇਮ ਦਾਇਮ ਸਦਾ ਪਾਤਸ਼ਾਹ ਹੀ ਨਹੀਂ ਦਿਸੀ, ਉਹ ਜਿਹੜੀ ਕਾਇਮ ਨਹੀਂ ਤੋ ਕਹਿੰਦੀ ਕਾਇਮ, ਜਿੱਥੇ ਊਹਾਂ ਗਨੀ ਬਸੇ ਮਾਮੂਰ, ਉਹ ਪਾਤਸ਼ਾਹ ਹੀ ਨਹੀਂ ਦਿਸੀ ਜਿੱਥੇ ਮੇਰਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਇਆ। ਸੱਚਮੁੱਚੀ ਉਹ ਪਾਤਸ਼ਾਹ ਹੀ ਦਿੱਲੀ 'ਚ ਨਹੀਂ ਗਈ, ਆਖੋ ਵਾਹਿਗੁਰੂ, ਉਹ ਪਾਤਸ਼ਾਹ ਹੀ ਅਨੰਦਪੁਰ ਸਾਹਿਬ 'ਚ ਆ, ਉਹ ਬੇਗਮਪੁਰਾ ਸ਼ਹਿਰ ਕੋ ਨਾਂ ਅਨੰਦਪੁਰ ਸਾਹਿਬ ਦਾ ਨਾਂ ਹੈ। ਵੇਖ ਲਓ ਕਿੱਡੀ ਪਿੱਠ ਕੀਤੀ ਅਨੰਦਪੁਰ ਸਾਹਿਬ ਵੱਲ, ਦਿੱਲੀ ਵੱਲ ਨੂੰ ਮੂੰਹ ਕਰ ਲਿਆ, ਸੁਣ ਰਹੇ ਹੋ ਜੀ, ਦਿੱਲੀ ਵੱਲ ਨੂੰ ਕਾਇਮ ਦਾਇਮ ਪਾਤਸ਼ਾਹ ਹੀ ਵੱਲ ਨਹੀਂ ਗਏ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਕਹਿੰਦੇ, ਅਤੇ ਮਹਾਰਾਜ ਪਾਤਸ਼ਾਹ ਹੱਸ ਕੇ, 7.5 ਫੁੱਟ ਲੰਬੇ ਸੀ, ਕਿੰਨੇ ਕੌਣ ਗੁਰੂ ਹਰਗੋਬਿੰਦ ਸਾਹਿਬ, 7.5 ਫੁੱਟ ਲੰਬੇ ਅਤੇ 6 ਮਣ ਭਾਰ ਸੀ, 40 ਕਿਲੋ ਦਾ ਹੁੰਦਾ ਇੱਕ ਮਣ, ਦਲਜੀਤ ਸਿੰਘ ਕਿੰਨੇ ਬਣੇ, 240 ਕਿਲੋ ਭਾਰ ਸੀ। ਇੱਕ ਘੋੜਾ ਜਿੱਥੇ ਸਵੇਰੇ ਚੜ੍ਹਦੇ ਸੀ ਨਾ, 12 ਵਜੇ ਮੂੰਹ ਢੱਡ ਲੈਂਦਾ ਸੀ, ਕਹਿੰਦਾ ਨਹੀਂ ਮੈਂ ਨਹੀਂ ਲੈ ਕੇ ਤੁਰ ਸਕਦਾ, ਇੰਨਾ ਭਾਰ, ਇੰਨੇ ਸੂਰਮੇ। ਉਹਨਾਂ ਨੂੰ ਦਿੱਲੀ ਦਾ ਬਾਦਸ਼ਾਹ ਕਹਿਣ ਡਿਆ ਸੀ, ਸਤਿਗੁਰੂ ਜੇ ਤੁਸੀਂ ਆਏ ਹੋ ਏਡੇ ਵੱਡੇ ਸੂਰਮੇ ਹੋ, ਅਤੇ ਕਿਤੇ ਕਿਰਪਾ ਕਰ ਜਾਓ, ਇਹ ਸ਼ੇਰ ਦਾ ਸ਼ਿਕਾਰ ਕਰ ਦਿਉ। ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਤੂੰ ਵੀ ਬਾਦਸ਼ਾਹ, ਤੂੰ ਦਿੱਲੀ ਦਾ ਬਾਦਸ਼ਾਹ, ਉਹ ਜੰਗਲ ਦਾ ਬਾਦਸ਼ਾਹ, ਦੋਵੇਂ ਬਾਦਸ਼ਾਹ ਨਾਲ ਲੜੋ, ਮੇਰਾ ਕੀ ਕੰਮ ਆ।
ਕਈ ਨਹੀਂ ਮਹਾਰਾਜ ਕੱਟ ਨਾਲ ਲੈ ਗਿਆ, ਚੱਲ ਦੱਸ ਫਿਰ ਕਿੱਥੇ ਆ। ਅਤਵਾ ਸ਼ਾਹ ਵੇਖਿਓ, ਸੂਰਜ ਪ੍ਰਕਾਸ਼ ਵਾਲੇ ਨੇ ਬੜਾ ਸ਼ਿੰਗਾਰ ਸ਼ਿੰਗਾਰ ਕੇ ਲਿਖਿਆ, ਨਾਲ ਲੈ ਗਿਆ। ਉਹ ਉੱਥੇ ਕਿਤੇ ਰੇਤ 'ਤੇ ਸੁੱਤਾ ਸੀ ਸ਼ੇਰ, ਅਤੇ ਮਹਾਰਾਜ ਦੇ ਪਿੱਛੇ ਹੋ ਕੇ ਨਾ, ਨਹੀਂ ਪਤਾ ਲੱਗਾ, ਆਹਮੋ ਸਾਹਮਣੇ ਨਹੀਂ, ਪਿੱਛੇ ਹੋ ਕੇ ਖਲੋ ਕੇ ਕਹਿੰਦੇ ਉਹ ਵੇਖੋ ਸੁੱਤਾ। ਮਹਾਰਾਜ ਪਾਤਸ਼ਾਹ ਕਹਿੰਦੇ ਹੋ ਗਾ ਵਿਖਾ ਤਾਂ ਸਹੀ ਪੂਰਾ। ਕਹਿੰਦੇ ਉਹ ਵੇਖੋ ਸੁੱਤਾ ਮਹਾਰਾਜ। ਅਤੇ ਮੇਰੇ ਸਾਹਿਬ ਕਹਿੰਦੇ ਬਾਦਸ਼ਾਹ ਇਹਨੂੰ ਨਿੱਕੀ ਜਿਹੀ ਢੇਮ ਮਾਰ, ਢੇਮ ਦਾ ਪਤਾ ਜੇ ਵੱਟਾ, ਵੱਟਾ ਨਿਕਾ ਜਿਹਾ, ਇਹਨੂੰ ਮਾਰ ਸੁੱਤਾ ਉੱਠੇ। ਕਹਿੰਦਾ ਮਹਾਰਾਜ ਉੱਠ ਖਲੋਤਾ ਤੇ ਇਹਨੇ ਦਿਖਾ ਜਾਣਾ ਤੁਹਾਨੂੰ ਵੀ ਸਾਨੂੰ ਵੀ, ਸੁੱਤੇ ਨੂੰ ਮਾਰ ਦਿਓ। ਇਹ ਦਿੱਲੀ ਦਾ ਬਾਦਸ਼ਾਹ ਕਹਿ ਰਿਹਾ ਸੀ, ਜਿਹਦੀ ਸ਼ਰਨ ਵਿੱਚ ਭੱਜੇ ਜਾਂਦੇ ਜੇ, ਠਾਠੀਆਂ ਵਧੀਆਂ ਹੈ, ਪੱਗਾਂ ਪੋਚਵੀਆਂ ਵਧੀਆਂ, ਭੱਜ ਭੱਜ ਕੇ ਜਾ ਕੇ ਉਹਨਾਂ ਦੇ ਚਰਨਾਂ 'ਚ ਬੈਠੀ ਜਾਂਦੇ ਜੇ, ਇਹ ਦਿੱਲੀ ਦੇ ਤਖ਼ਤ ਕੋਲ ਇੰਨਾ ਕੀ ਬਾਲਾ ਵੀ ਸੁੱਤੇ ਨੂੰ ਸੱਚਮੁੱਚ ਹੀ ਹੁਣ ਵੀ ਕਰਤੂਤ ਉਹੋ ਹੀ ਆ, ਸੁੱਤਿਆਂ ਦੇ ਗਲਾਂ 'ਚ ਟੈਰ ਪਾ ਤੇ, ਕਰਤੂਤ ਅੱਜ ਵੀ ਉਹੋ ਦੀ ਉਹੋ ਹੀ ਆ। ਮਰਦ ਹੋਵੇ ਸਾਹਮਣੇ ਆਣ ਕੇ ਲੜੇ, ਲੜਨ ਵਾਲੀ ਕਹਾਣੀ ਕਿਹੜੀ ਆ, ਲੜੇ ਅਸੀਂ ਤਾਂ ਜੰਮੇ ਹੀ ਲੜਨ ਨੂੰ ਆ। ਖਾਲਸਾ ਸੋਈ ਜੇ ਲੜੇ ਨੇ ਤਾਂ ਸਾਡੇ ਲਈ ਤਾਂ ਦੇਹ ਸ਼ਿਵਾ ਪਰ ਮੋਹੇ ਸ਼ੁਭ ਕਰਮਨ ਅਤੇ ਕਮੂਨ, ਇਹ ਤਾਂ 24 ਘੰਟੇ ਤਿਆਰ ਹੀ ਇਸ ਕੰਮ ਨੂੰ ਰਹਿੰਦਾ। ਉਹਨੇ ਕਿਹਾ ਢੇਮ ਮਾਰ। ਕਹਿੰਦਾ ਮਹਾਰਾਜ ਮੈਂ ਨਹੀਂ ਮਾਰਨੀ ਢੇਮ। ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਜੀ ਭਾਈ ਵਿਧੀ ਚੰਦ ਨੂੰ ਕਹਿੰਦੇ, ਵਿਧੀ ਚੰਦਾ ਮਾਰ ਹਾਂ ਢੇਮ, ਉਠਾ ਵੇਖੀਏ ਸ਼ੇਰ ਕਿੱਡਾ ਕੁ ਪਹਿਲਵਾਨ ਆ। ਸਿੱਖਾ ਮੈਂ ਤੈਨੂੰ ਨਿਰਬਾਕੇ 'ਤੇ ਬੋਲਣ ਡਿਆ, ਡਰ ਤੋਂ ਰਹਿਤ ਵਾਲੀ ਬਿਰਤੀ 'ਤੇ ਬੋਲਣ ਡਿਆ। ਤੇਰੇ ਅੰਦਰ ਹੈਗੀ ਆ ਉਹ, ਤੂੰ ਛਪਾਈ ਆ, ਡਰਪੋਕ ਵਾਲੀ ਉੱਤੇ ਆ ਗਈ ਆ ਅਤੇ ਡਰ ਤੋਂ ਰਹਿਤ ਵਾਲੀ ਬਿਰਤੀ ਉਹ ਕਿਹੜੀ ਜਿਹੜੀ ਕਹਿੰਦਾ ਮੈਂ ਨਾ ਮਰੂੰ। ਇੰਨੀ ਕਹਾਣੀ, ਮੌਤ ਨੂੰ ਲਲਕਾਰ ਰਿਹਾ ਮੈਂ ਨਾ ਮਰੂੰ, ਮੌਤ ਨੂੰ ਕਹਿ ਰਿਹਾ ਮੌਤ ਰਾਣੀਏ ਮੈਂ ਤਾਂ ਤੇਰੇ ਮੂੰਹ 'ਚ ਨਹੀਂ ਪੈਣਾ। ਆ ਸਾਰਾ ਸੰਸਾਰ ਪਊਗਾ, ਇਹ ਡਰਦੇ ਨੇ ਮਰਨ ਤੋਂ, ਅਤੇ ਜਿਹੜੀ ਚੀਜ਼ ਤੋਂ ਡਰ ਜਾਈਏ ਉਹ ਪਿੱਛਾ ਕਰਦੀ, ਨਹੀਂ ਪਤਾ ਲੱਗਦਾ ਕੀ ਕੁੱਤੇ ਤੋਂ ਡਰ ਜਾਓ, ਅੱਗੇ ਭੱਜੋ ਮਗਰ ਭੱਜੋ, ਉੱਥੇ ਖਲੋ ਜਾਓ ਕੁੱਤਾ ਪਿੱਛੇ ਮੁੜ ਜੂ। ਆਖੋ ਵਾਹਿਗੁਰੂ। ਮਹਾਰਾਜ ਪਾਤਸ਼ਾਹ ਨੇ ਆਖਿਆ ਮਾਰ ਢੇਮ, ਭਾਈ ਬਿਧੀ ਚੰਦ ਨੇ ਢੇਮ ਮਾਰੀ, ਆਖੋ ਵਾਹਿਗੁਰੂ। ਉੱਠਿਆ ਚਾਰ ਚੁਫੇਰੇ ਵੇਖਿਆ, ਕੰਨ ਕੁੰਨ ਝਾੜੇ, ਕੌਣ ਆ, ਢੇਮ ਕਿਹਨੇ ਮਾਰੀ? ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਖਲੋਤੇ। ਇਹ ਰਾਣੀ, ਦਿੱਲੀ ਦੇ ਬਾਦਸ਼ਾਹ ਦੀ ਰਾਣੀ, ਸਾਰਾ ਕੌਤਕ ਵੇਖਣ ਲਈ ਵੀ ਮੇਰੇ ਘਰ ਵਾਲਾ ਮਹਾਰਾਜ ਦੇ ਪਿੱਛੇ ਲੁਕਿਆ ਹੈ। ਅਤੇ ਇੱਕ ਔਰਤ ਜਦੋਂ ਆਪਣੇ ਮਰਦ ਨੂੰ ਇਸ ਰੂਪ 'ਚ ਵੇਂਦੀ, ਸੋਚਦੇ ਹੋ ਕੀ ਕਿਹਾ? ਨਹੀਂ, ਇੱਕ ਔਰਤ ਜਿੱਦਣ ਮਰਦ ਨੂੰ ਇੰਨਾ ਡਰਪੋਕ ਵੇਖ ਲੈਂਦੀ ਆ ਅਤੇ ਫਿਰ ਮਰਦ ਥੋੜ੍ਹਾ ਉਹਦੀਆਂ ਨਜ਼ਰਾਂ 'ਚ ਰਹਿੰਦਾ ਹੈ। ਆਖੋ ਵਾਹਿਗੁਰੂ, ਗੱਜ ਕੇ ਬੋਲੋ। ਉਹਨੇ ਆਖਿਆ ਢੇਮ ਮਾਰੀ, ਉੱਠਿਆ ਭੱਜ ਕੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੇ ਐਂ ਕੀਤਾ ਵੀ ਆ ਬਈ ਸ਼ੇਰ ਦੇ ਵਿੱਚ ਵੀ ਤੇ ਆਪ ਹੀ ਬੈਠਾ ਸੀ। ਕਹਿੰਦਾ ਆ ਜਾ,
ਪਹਿਲਾ ਵਾਰ ਕੀਤਾ ਆਣ ਕੇ ਹੱਲਾ ਕੀਤਾ ਸ਼ੇਰ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਲ 'ਤੇ ਚੱਲਿਆ ਉਹਦੇ ਪੰਜਿਆਂ ਦਾ ਵਾਰ, ਅਤੇ ਇੰਨੇ ਬਲਵਾਨ ਸੀ ਐਂ ਕਰਕੇ ਮਾਰਿਆ, 2-4-5 ਫੁੱਟ ਪਿੱਛੇ ਜਾ ਕੇ ਸ਼ੇਰ ਡਿੱਗਾ, ਅਤੇ ਐਂ ਪੂਛ 'ਚ ਢਿੱਲੀ ਜਿਹੀ ਕਰਕੇ ਅਤੇ ਅੱਗੇ ਲੱਗ ਕੇ ਤੁਰਨ ਲੱਗਾ, ਕੌਣ ਘਬਰਾ ਗਿਆ, ਛਾਲ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਫਿਰ ਅਗਲੇ ਪਾਸੇ ਚਲੇ ਗਏ। ਕਹਿੰਦੇ ਆਪਣੇ ਨਾਮ ਨੂੰ ਲਾਗ ਨਾ ਲਾ, ਮੈਂ ਵੀ ਤੁਹਾਨੂੰ ਇਹ ਕਹਿੰਦਾ ਤੁਹਾਡੇ ਹਰ ਇੱਕ ਦੇ ਨਾਮ ਦੇ ਨਾਲ ਸਿੰਘ ਬਣੇ, ਲਾਗ ਨਾ ਲਾਓ, ਇੰਨੇ ਕਮਜ਼ੋਰ ਨਾ ਹੋ, ਆਪਣੇ ਨਾਮ ਨੂੰ ਲਾਗ ਨਾ ਲਾ, ਹਮਲਾ ਕਰ। ਉਹ ਪਾਤਸ਼ਾਹ ਤੇ ਮਹਾਰਾਜ ਪਾਤਸ਼ਾਹ ਦੀ ਉਹ ਵੀ ਸਮਝਦਾ ਸੀ, ਫਿਰ ਭੱਜਿਆ, ਫਿਰ ਮਹਾਰਾਜ ਨੇ ਉਹਨੂੰ ਇਸ ਤਰ੍ਹਾਂ ਹੀ ਧੱਕਤਾ। ਤੀਸਰੀ ਵਾਰ ਗੁੱਸੇ 'ਚ ਆਣ ਕੇ ਸ਼ੇਰ ਆਇਆ, ਮਹਾਰਾਜ ਪਾਤਸ਼ਾਹ ਨੇ ਸੱਜਾ ਗੋਡਾ ਥੱਲੇ ਲਾਇਆ, ਖੱਬਾ ਚੁੱਕਿਆ ਅਤੇ ਅੱਗਾ ਕੱਢਿਆ, ਐਸਾ ਵਾਰ ਕੀਤਾ, ਦੋ ਟੋਟੇ ਕਰਕੇ ਸੁੱਟਤਾ। ਮੇਰੀ ਨਮਸਕਾਰ ਆ, ਜਿਹੜਾ ਸ਼ੇਰਾਂ ਕੋਲੋਂ ਨਹੀਂ ਡਰਦਾ, ਨਿਰਬਾਕੇ ਮਿੰਜ ਨਿਡਰ ਨਿਡਰ, ਤੂੰ ਬੜਾ ਨਿਡਰ ਹੈ, ਸੱਚੀ ਮੁੱਚੀ ਮੈਂ ਤੈਨੂੰ ਵੇਖਿਆ ਹੈ, ਤੂੰ ਬੜਾ ਨਿਡਰ ਹੈ, ਤੇਰੇ ਚਰਨਾਂ 'ਚ ਮੇਰੀ ਨਮਸਤੰਗ ਰਹੀਮੇ, ਉੱਚੀ ਬੋਲੋ ਨਮਸਤੰਗ ਰਹੀਮੇ, ਰਹਿਮ ਕਰਨ ਵਾਲੇ, ਹਾਂ ਰਹਿਮ ਕਰਨ ਵਾਲੇ, ਬੜਾ ਰਹਿਮ ਕਰਨ ਵਾਲਾ ਹੈ ਤੂੰ, ਬੜੀ ਦਇਆ ਕਰਦਾ ਹੈ, ਆ ਰਹਿਮ ਹੀ ਕਰਨ ਆ ਸਾਡੇ 'ਤੇ, ਕਿਹੜਾ ਭਲਾ ਨਾ, ਅਕਿਰਤ ਕਣ ਹਾਂ, ਅਕਿਰਤ ਕਣ ਹਾਂ, ਕੋਈ ਜਪ ਤਪ ਸੰਜਮ ਧਰਮ ਨਹੀਂ ਕਮਾਇਆ, ਕੋਈ ਕੁੱਲ ਨਹੀਂ ਕੀਤੀ, ਮਗਰ ਦੁੱਖ ਨ ਦੇਖਤ ਹੈ, ਸਾਰੀ ਸਾਡੀ ਸੁਰਤ 'ਚ ਚੱਲਦੀ ਮਸ਼ੀਨਰੀ ਦੇ ਗੁਨਾਹ ਵੇਂਦਾ ਹੈ। ਤੁਸੀਂ ਸੋਚਦੇ ਹੋ ਵੀ ਸਰੀਰ ਕਰਕੇ ਕਿਹੜੇ ਕੀਤੇ, ਮਸ਼ੀਨਰੀ ਦਾ ਕੋਈ ਨਹੀਂ, ਉਹ ਘੱਟ ਘੱਟ ਕੇ ਅੰਦਰਲੇ ਫੁਰਨਿਆਂ ਤੱਕ ਉਹਦੇ ਕੈਮਰੇ ਲੱਗੇ ਨੇ ਵੀ ਬੰਦਾ ਸੋਚਦਾ ਕੀ ਹੈ, ਅਤੇ ਫਿਰ ਵੀ ਤੂੰ ਸਾਡੇ 'ਤੇ ਰਹਿ ਦੇ ਕੇ ਕਰਕੇ ਰੋਟੀ ਦੇ ਹੀ ਰਹਿਣ, ਰਹੀਮੇ ਰਹਿਮ ਕਰਨ ਵਾਲਾ। ਅੱਗੇ ਮਹਾਰਾਜ ਪਾਤਸ਼ਾਹ ਕਹਿੰਦੇ ਨਮਸਤੰਗ ਕਰੀਮੇ, ਕਰੀਮ ਹੁੰਦਾ ਬਖਸ਼ਿਸ਼ ਕਰਨੀ, ਤੂੰ ਬਖਸ਼ਾ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੇਰੇ ਚਰਨਾਂ 'ਚ ਮੇਰੀ ਨਮਸਕਾਰ ਹੈ। ਨਮਸਤੰਗ ਅਨੰਤੇ, ਨਮਸਕਾਰ ਆ ਤੇਰਾ ਇੱਕ ਰੂਪ ਨਹੀਂ, ਅਨੰਤ ਹੀ ਤੇਰੇ ਰੂਪ ਨੇ, ਅਨੰਤ ਹੀ ਤੇਰੇ ਰੂਪ ਨੇ, ਚਿੰਤ ਤੇ
ਕੀੜੀ ਤੋਂ ਹਾਥੀ ਤੱਕ ਜਿੰਨੇ ਰੂਪ ਨੇ ਸਭ ਤੇਰੇ ਹੀ ਨੇ। ਨਮਸਤੰਗ ਅਨੰਤੇ ਨਮਸਤੰਗ ਮਹੰਤੇ, ਇੱਕ ਸ਼ਬਦ ਆ ਮਹੰਤ। ਆਪਾਂ ਕਿਤੇ ਵੀ ਜਾਈਏ ਤਾਂ ਕਹੀਏ ਡੇਰੇ ਦਾ ਮਹੰਤ ਹੁੰਦਾ ਸਭ ਤੋਂ ਵੱਡਾ। ਇਸ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਮਹੰਤ ਕੌਣ ਆ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੀ ਦੁਨੀਆ ਨੂੰ ਰੋਟੀ ਖਵਾ ਰਿਹਾ, ਸਾਰੀ ਦੁਨੀਆ ਨੂੰ ਕੱਪੜਾ ਜੀਓ ਪਾਏ, ਪਿੰਡ ਜਨ ਸਾਜਿਆ ਦਿੱਤਾ, ਕੱਪੜੇ ਦਿੱਤੇ ਨੇ, ਰੋਟੀ ਖਾਣ ਨੂੰ ਦਿੰਦਾ ਹੈ। ਸਭ ਤੋਂ ਵੱਡਾ ਮਹੰਤ ਇਸ ਸ੍ਰਿਸ਼ਟੀ ਦੇ ਕੌਣ ਆ? ਗੁਰੂ। ਹੇ ਮੇਰੇ ਮਾਲਕ, ਸਭ ਤੋਂ ਵੱਡੇ ਮਹੰਤ, ਸਭ ਤੋਂ ਵੱਡੇ ਆਗੂ ਜੀ, ਤੇਰੇ ਚਰਨਾਂ 'ਚ ਮੇਰੀ ਨਮਸਤਸ ਰਾਗੇ। ਰਾਗ ਦਾ ਮਤਲਬ ਹੁੰਦਾ ਪ੍ਰੇਮ, ਪ੍ਰੇਮ ਪਤਾ ਹੈ ਕਿ ਨਹੀਂ? ਕਿਉਂ ਰਾਗ ਨਹੀਂ ਜਿਹੜਾ ਤੁਸੀਂ ਗਾਉਂਦੀਆਂ ਜੇ? ਨਹੀਂ ਨਹੀਂ, ਉਹ ਵੀ ਪ੍ਰੇਮ ਤੋਂ ਬਿਨਾਂ ਨਹੀਂ ਗਾਇਆ ਜਾਂਦਾ। ਕਿਤੇ ਨਾ ਕਿਤੇ ਦੋਵਾਂ ਦਾ ਸੰਬੰਧ ਜੁੜਿਆ ਹੈ। ਰਾਗ ਗਾਉਣ ਵਾਲਾ ਵੀ ਕੋਈ ਪ੍ਰੇਮੀ ਗਾ ਸਕਦਾ ਹੈ ਕੀ? ਦੂਸਰਾ ਨੇਮੀ ਕੀ ਕਰੂ? ਸਭ ਕੁਝ ਕਰ ਲੂਗਾ, ਮਗਰ ਚਿਹਰੇ ਤੋਂ ਉਹ ਭਾਵ ਕਿੱਥੋਂ ਲਿਆਊ? ਪ੍ਰੇਮ ਜ਼ਰੂਰੀ ਹੈ। ਇੱਥੇ ਲਿਖਿਆ ਨਮਸਤੰਗ ਨਮਸਤਸਤ ਰਾਗੇ, ਮੇਰੀ ਨਮਸਕਾਰ ਆ ਪ੍ਰੇਮ ਸਰੂਪੇ ਤੋਂ। ਕੀ ਹੈ? ਤੂੰ ਘਿਰਣਾ ਵਾਲਾ ਨਹੀਂ। ਤੁਸੀਂ ਸੋਚੋ, ਇੱਕ ਫੁੱਲ ਆਖ ਵਾਹਿਗੁਰੂ, ਫੁੱਲ ਦੇ ਕੋਲ ਸ਼ਰਾਬੀ ਗਿਆ ਤਾਂ ਵੀ ਖਿੜਿਆ, ਫੁੱਲ ਦੇ ਕੋਲ ਪ੍ਰੇਮੀ ਗਿਆ ਤਾਂ ਵੀ ਖਿੜਿਆ, ਫੁੱਲ ਦੇ ਵਿੱਚ ਕੋਈ ਕਰੂਰ ਬੰਦਾ ਗਿਆ ਕਿੱਥੇ ਗਈ? ਜਿਤਨਾ ਫੁੱਲ ਦਾ ਸਰੂਪ ਸਾਰਿਆਂ ਲਈ ਖਿੜਿਆ ਹੀ ਆ, ਇਸ ਤਰ੍ਹਾਂ ਰੱਬ ਕੋਲ ਕੋਈ ਜਾਵੇ, ਪਾਪੀ ਜਾਵੇ, ਪੁੰਨੀ ਜਾਵੇ, ਉਹ ਮੱਥੇ 'ਤੇ ਤਿਊੜੀ ਪਾ ਕੇ ਕਿਸੇ ਵੱਲ ਨਹੀਂ ਵੇਂਦਾ। ਨਹੀਂ ਪਤਾ ਲੱਗਾ? ਮੱਥੇ 'ਤੇ ਸਾਰਿਆਂ ਵੱਲ ਖਿੜਿਆ ਹੀ ਵੇਂਦਾ। ਹੇ ਪ੍ਰੇਮ ਸਰੂਪ ਵਾਹਿਗੁਰੂ, ਤੇਰੇ ਚਰਨਾਂ 'ਚ ਮੇਰੀ ਨਮਸਤੰਗ ਸੁਹਾਗੇ। ਸਾਰਿਆਂ ਦਾ ਸੁਹਾਗ ਹੈ ਤੂੰ, ਹਮਸੈ ਕੇਰੀਆਂ ਦਾਸੀਆਂ ਸਾਚਾ, ਅਸੀਂ ਸਾਰੀਆਂ ਇਸਤਰੀਆਂ ਵਾਂ, ਉਹ ਸਾਡਾ ਪਤੀ ਹੈ ਵਾਹਿਗੁਰੂ ਪਰਮੇਸ਼ਵਰ। ਆਖੋ ਵਾਹਿਗੁਰੂ। ਦੂਸਰੇ ਰੂਪ ਵਿੱਚ ਸਾਰੀਆਂ ਸਾਡੀਆਂ ਸੁਰਤਾਂ ਨੇ ਜਿਹੜੀਆਂ, ਸਭ ਸੁਰਤੀ ਮਿਲ, ਉਹ ਜਿਹੜੀਆਂ ਸਾਰੀਆਂ ਸੁਰਤਾਂ ਨੇ, ਇਹ ਸਾਰੀਆਂ ਸੁਰਤਾਂ ਇਕੱਠੇ ਕਰੀਏ ਅਤੇ ਹਰ ਸੁਰਤ ਦੇ ਪਤੀ ਦਾ ਨਾਮ ਸ਼ਬਦ ਆ ਕੀ ਜੀ? ਇਸ ਸੁਰਤ ਵਿੱਚੋਂ ਉਤਪਤੀ ਉਦਨ ਹੁੰਦੀ ਜਦੋਂ ਸ਼ਬਦ ਦਾ ਭੋਗ ਹੁੰਦਾ। ਨਹੀਂ ਪਤਾ ਲੱਗਾ? ਸੁਰਤ ਹੈ ਮਗਰ ਉਹਦੇ ਵਿੱਚੋਂ ਕੋਈ ਗਰੋਥ ਨਹੀਂ ਹੋਈ, ਬੱਚੀ ਬੱਚਾ ਨਹੀਂ ਆਇਆ। ਬੱਚੀ ਬੱਚਾ ਕੀ? ਨਿਮਰਤਾ, ਦਇਆ, ਪਤਾ ਲੱਗਾ, ਪਰਉਪਕਾਰ, ਅੰਦਰੋਂ ਕੁਝ ਪੈਦਾ ਨਹੀਂ ਹੋਇਆ ਕਿਉਂਕਿ ਸ਼ਬਦ ਨਾਲ ਮਿਲਾਪ ਨਹੀਂ ਹੋਇਆ, ਭੋਗ ਸ਼ਬਦ ਲਿਖਿਆ ਉੱਥੇ। ਆਖੋ ਵਾਹਿਗੁਰੂ। ਹੇ ਸਾਰੇ ਪੁੱਖਣ ਦਾ ਪਾਲਣ ਪੋਸ਼ਣ ਕਰਨਾ,
ਸਾਰਿਆਂ ਦੀ ਝੋਲੀ ਖਾਲੀ ਕਰਨ ਵਾਲਾ ਤੂੰ ਹੈ, ਸਾਰਿਆਂ ਦੀ ਝੋਲੀ ਭਰਨ ਵਾਲਾ ਵੀ, ਪਾਲਣ ਪੋਸ਼ਣ ਕਰਨ ਵਾਲਾ ਵੀ। ਇਤਨਾ ਪੜ੍ਹਦੇ ਹੋ ਕਿ ਨਹੀਂ ਅੱਗੇ ਜੰਮੂ ਵਾਲੀ ਕੁੜੀ, ਇਤਨਾ ਹੀ ਜਾਪ ਸਭ ਪੜ੍ਹਦੇ ਹੋ? ਨਾ ਨਮਸਰ ਸੁਖ ਨੂੰ ਸੁਪੁਖ ਨੂੰ ਸੁਕਰਦਾ ਨੂੰ ਸੁਕਰ ਕਰ ਲਿਆ ਜੀ, ਜਾਪ ਸਭ ਹੋ ਗਿਆ। ਮੈਂ ਕਹਿੰਦਾ ਤੂੰ ਸਾਰੇ ਦਿਨ 'ਚ ਇੱਕ ਤੁੱਕ ਪੜ੍ਹ, ਬਸ ਇੱਕ ਵਾਰ ਨੇਮ ਨਾਲ ਕਰ ਲਾ, ਕਿਉਂਕਿ ਤੈਨੂੰ ਨੇਮ ਬਖਸ਼ਿਆ ਉਹ ਕੀ ਪੰਜ ਬਾਣੀਆਂ ਦਾ ਨਿੱਤ ਸਮਝ ਰਿਹਾ ਕਿ ਵੈਸੇ ਹੀ ਜਿਹੜਾ ਇਤਨਾ ਬਾਣੀ ਸਿੱਧੀ ਦੀ ਸਿੱਧੀ ਪਾਣੀ ਹੈ ਕੀ ਆ ਨਿੱਤ ਨੇਮ। ਮੈਂ ਤੈਨੂੰ ਸੱਦਾ ਦੇਣਾ ਇੱਕ ਤੁੱਕ ਰੋਜ਼ ਦੀ ਪ੍ਰੇਮ ਨਾਲ ਵੀ ਪੜ੍ਹ, ਪੜ੍ਹ ਸੱਚੀ ਮੁੱਚੀ। ਨਮੋ ਸਰਬ ਸੋਖੰ ਰਹੀਮੇ ਕਰੀਮੇ, ਪ੍ਰੇਮ ਨਾਲ ਕਿਤੇ ਪੜ੍ਹ ਲੈ, ਰਹਿਮ ਕਰਨ ਵਾਲਾ ਹੈ ਤੂੰ, ਬਖਸ਼ਾਂ ਕਰਨ ਵਾਲਾ ਹੈ ਤੂੰ, ਇਤਨਾ ਵੀ ਕਿਤੇ ਪ੍ਰੇਮ ਨਾਲ ਇੱਕ ਵਾਰ ਇਹਨੂੰ ਪੜ੍ਹ ਲਾ। ਕੀ ਕਿਹਾ ਜਿਹੜਾ ਪੰਜ ਬਾਣੀਆਂ ਹੈ ਕੀ ਆ ਨੇਮ, ਇੱਕ ਵਾਰ ਪੜ੍ਹਨ ਵਾਲਾ ਪ੍ਰੇਮ। ਕੋਈ ਨਹੀਂ ਆ ਰਿਹਾ, ਆਖੋ ਵਾਹਿਗੁਰੂ। ਬਹੁਤ ਸਾਰੇ ਨੇਮ ਕਰਨ ਵਾਲੇ ਲੋਕਾਂ ਨਾਲ ਤੁਸੀਂ ਗੱਲ ਕਰਕੇ ਵੇਖੋਗੇ, ਜਿਸ ਤਰ੍ਹਾਂ ਕੱਚੇ ਅੰਬ ਨੂੰ ਦੰਦੀ ਵੱਢੀਏ ਕੀ ਹੁੰਦਾ, ਜਦੋਂ ਸਖਤ ਵੀ ਹੁੰਦਾ ਖੱਟਾ ਵੀ ਹੁੰਦਾ, ਅਤੇ ਖੱਟੇ ਨੂੰ ਦੰਦੀ ਵੱਢ ਕੇ ਫਿਰ ਕੀ ਕਰਦੇ ਹੋ ਦੱਸੋ ਨਾ, ਇੱਕ ਵਾਰ ਬਣਾ ਕੇ ਤਾਂ ਵਿਖਾਓ ਕੋਈ ਨਹੀਂ, ਮੂੰਹ ਤਰ੍ਹਾਂ ਦਾ ਬਣਾ ਕੇ ਹਾਂ ਹਾਂ ਠੀਕ ਕਰ ਲਿਆ। ਬੜਾ ਖੱਟਾ, ਤੁਸੀਂ ਬਹੁਤ ਸਾਰੇ ਨੇਮੀਆਂ ਨੂੰ ਵੇਖੋਗੇ, ਐਡੇ ਐਡੇ ਬਾਣੇ ਪਾਏ ਨੇ, ਲਾਗੇ ਕਿਸੇ ਨੇ ਬਹਿ ਕੇ ਵੇਖ ਲਿਆ, ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ, ਕਿਸੇ ਦੇ ਘਰ ਰੋਟੀ ਖਾਣ ਗਏ ਨੇ, ਨਿੱਕਾ ਜਿਹਾ ਪਚੰਗੀ ਆ ਗਿਆ, ਉਸ ਪਚੰਗੀ ਦਾ ਹੱਥ ਲੱਗ ਗਿਆ ਰੋਟੀ ਨੂੰ, ਪਤਾ ਲੱਗ ਰਿਹਾ ਹੁਣ ਨਹੀਂ ਅਜੇ ਪਤਾ ਲੱਗਾ? ਅੰਬ ਵਾਲੀ ਤਾਂ ਹੱਸਰੀ ਸੈਂ, ਖੱਟੇ ਅੰਬਾਂ ਦੀ ਚਟਨੀ ਖਾਂਦੇ ਹੋ ਗਏ ਨਾ ਕਿਤੇ, ਧਿਆਨ ਦਿਓ ਕਿਸੇ ਦੇ ਘਰ ਕੋਈ ਮਹਾਤਮਾ ਰੋਟੀ ਖਾਣ ਗਿਆ, ਆਖੋ ਵਾਹਿਗੁਰੂ। ਸੀ ਉਹ ਨੇਮੀ ਕੀ ਅੱਗੇ ਬੈਠੇ ਕਿਸੇ ਬੱਚੇ ਨੇ ਆਣ ਕੇ ਹੱਥ ਲਾਤਾ ਰੋਟੀ, ਓਏ ਚੁੱਕ ਕਿੱਥੋਂ, ਪ੍ਰਸਟੋਗੀ ਪ੍ਰਸਟੋਗੀ, ਇਹ ਨੇਮੀ ਕਹਿ ਸਕਦਾ ਹੈ? ਪ੍ਰੇਮੀ ਚੁੱਕ ਕੇ ਬੱਚੇ ਨੂੰ ਗੋਦ 'ਚ ਪਾ ਕੇ ਕਹਿੰਦਾ ਆ ਮੈਂ ਖਵਾਵਾਂ, ਤੈਨੂੰ ਖਾਣੀ ਨਹੀਂ ਆਉਂਦੀ ਮੈਂ ਖਵਾਉਣਾ, ਬੱਚੇ 'ਚ ਗੁਨਾਹ ਹੀ ਕੀ ਆ? ਇੱਕ ਵਾਰ ਲੱਕ ਸਿੱਧਾ ਰੱਖੋ ਤਾਂ ਮੈਨੂੰ ਦੱਸੋ, ਇੱਕ ਨਿੱਕੇ ਜਿਹੇ ਪਚੰਗੀ 'ਚ ਕੀ ਗੁਨਾਹ ਹੈ? ਝੂਠ ਉਹਨੇ ਨਹੀਂ ਅਜੇ ਬੋਲਿਆ, ਮਾੜਾ ਉਹਨੇ ਨਹੀਂ ਵੇਖਿਆ, ਮਾੜਾ ਸੁਣਿਆ ਉਹਨੇ ਨਹੀਂ, ਮਾੜਾ ਕਰਮ ਨਹੀਂ ਕੀਤਾ, ਉਹ ਤਾਂ ਰੱਬ ਰੂਪ ਆ, ਮਗਰ ਤੇਰੇ ਨੇਮ ਨੇ ਇਹ ਨੇਮ ਹੈ। ਕੱਚੇ ਅੰਬ ਤੋਂ ਬਾਅਦ ਵੀ ਰਸ ਵੀ ਭਰਦਾ ਹੈ, ਅਤੇ ਉਸੇ ਅੰਬ 'ਚ ਹੀ ਭਰਦਾ ਹੈ ਜਿਹੜਾ ਕਦੀ ਖੱਟਾ ਸੀ। ਮਗਰ ਜਿਹੜੇ ਲੋਕ ਖੱਟੇ 'ਤੇ ਖਲੋ ਗਏ, ਜਿਨ੍ਹਾਂ ਨੇ ਕਿਹਾ ਇਹੀ ਸਾਡੀ ਮੰਜ਼ਿਲ ਆ, ਆਖੋ ਵਾਹਿਗੁਰੂ, ਇਹੀ ਸਾਡੀ, ਉਹ ਕਦੀ ਪ੍ਰੇਮ ਨਾਲ ਨਾ ਇੱਕ ਵਾਰ ਵਾਹਿਗੁਰੂ ਕਹਿ ਸਕੇ। ਨਮੋ ਸਰਬ ਸੋਖੰ ਨਮੋ ਸਰਬ ਪੋਖੰ
ਨਮੋ ਸਰਬ ਕਰਤਾ, ਸਾਰਿਆਂ ਨੂੰ ਪੈਦਾ ਕਰਨ ਵਾਲਾ ਤੂੰ ਹੈ ਤੇਰੇ ਚਰਨਾਂ 'ਚ ਮੇਰੀ। ਨਮੋ ਸਰਬ ਹਰਤਾ, ਸਾਰਿਆਂ ਨੂੰ ਮਾਰਨ ਵਾਲਾ ਵੀ ਤੂੰ ਹੈ ਤੇਰੇ ਚਰਨਾਂ 'ਚ ਮੇਰੀ। ਬੋਲੋ ਕਰੋ ਨਾ ਜਰਾ, ਵਾਹਿਗੁਰੂ 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 ਵਾਹਿਗੁਰੂ। ਬਣ ਗਈਆਂ ਤਾਰਾਂ, ਆਖੋ ਸਤਨਾਮ ਸ੍ਰੀ। ਨਮੋ ਯੋਗ ਯੋਗੇ, ਬੋਲੋ। ਯੋਗ ਦਾ ਮਤਲਬ ਜੁੜਿਆ, ਯੋਗੀਆਂ ਦੇ ਵੀ ਯੋਗੀ, ਜੁੜਿਆ ਹੋਇਆਂ ਦੇ ਵੀ ਜੁੜੇ ਹੋਏ। ਇੱਕ ਤਾਂ ਜੁੜੇ ਹੁੰਦੇ ਅਤੇ ਟੁੱਟ ਜਾਂਦੇ ਆ ਨਾ, ਜਿੱਥੇ ਤੂੰ ਜੁੜੇ ਹੋ ਚਿੱਤ ਨਾ ਪਇਓ ਚੁਭੀ ਰਹੀ। ਇੰਨਾ ਜੁੜਿਆ, ਜੁੜਿਆਂ ਦਾ ਵੀ ਜੁੜਿਆ, ਯੋਗੀਆਂ ਦਾ ਵੀ ਜੁੜਿਆ। ਬੋਲੋ ਜਰਾ, ਕਿ ਭੰਗਵੇਂ ਕੱਪੜੇ ਵਾਲਾ, ਭੰਗਵੇਂ ਜੇ ਕੱਪੜੇ ਵਾਲੇ ਜਿਹੜੇ ਬੰਦੇ ਹੁੰਦੇ ਉਹ ਯੋਗੀ ਹੁੰਦੇ? ਜਿਹੜਾ ਤੁਹਾਡੇ ਘਰੋਂ ਆਣ ਕੇ ਚੌਲ ਮੰਗ ਲਿਆ, ਮੰਗ ਰਿਹਾ, ਸਮਝ ਲਓ ਜੁੜਿਆ ਨਹੀਂ, ਜੁੜਿਆ ਇੱਕੇ ਕੋਲੋਂ ਹੀ ਮੰਗਦਾ ਆ। ਆਖੋ ਵਾਹਿਗੁਰੂ ਪਤਾ ਲੱਗਾ, ਜਿਹੜਾ ਜੁੜਿਆ ਹੈ ਨਾ ਉਹ ਜਿਹਦੇ ਨਾਲ ਜੁੜਿਆ ਉਹਦੇ ਕੋਲ ਮੰਗਦਾ, ਦੂਸਰੇ ਕੋਲੋਂ ਨਹੀਂ ਮੰਗਦਾ। ਨਮੋ ਯੋਗ ਯੋਗੇ, ਨਮੋ ਭੋਗ ਭੋਗੇ। ਇੱਕ ਤਾਂ ਭੋਗ ਆ, ਰੋਟੀ ਖਾਣੀ ਵੀ, ਪਾਣੀ ਪੀਣਾ ਵੀ, ਇਹ ਸਾਰੇ ਭੋਗ ਨੇ ਜਿਹੜੇ ਦੇਹ ਨਾਲ ਰਿਲੇਟਡ ਆ। ਇਹਨਾਂ ਸਾਰਿਆਂ ਭੋਗਾਂ ਦੇ ਵਿੱਚੋਂ ਕੀ ਨਿਕਲਦਾ? ਵਿਯੋਗ। ਹਰ ਭੋਗ ਦੇ ਵਿੱਚੋਂ ਵਿਯੋਗ ਪੈਦਾ ਹੁੰਦਾ। ਤੁਸੀਂ ਰੋਟੀ ਖਾ ਲੈਂਦੇ ਹੋ, ਦੋ ਮਿੰਟ ਬਾਅਦ ਤੁਸੀਂ ਕਹਿੰਦੇ ਚੰਗਾ ਭਲਾ ਸਰੀਰ ਖਿੜਿਆ ਹੀ, ਸੁਸਤੀ ਪੈ ਗਈ, ਕੀ ਨਿਕਲਿਆ ਵਿੱਚੋਂ? ਵਿਯੋਗ, ਵਿਯੋਗ ਪੈਦਾ ਹੋਇਆ। ਨੀਂਦ ਲੈ ਲੈਂਦੇ ਹੋ ਸਰੀਰ ਦਾ, ਇਹ ਵੀ ਭੋਗ ਕੀਤਾ। ਜਦੋਂ ਸੁਸਤੇ ਉੱਠਦੇ ਹੋ ਫਿਰ ਤੁਹਾਨੂੰ ਸੁਸਤੀ ਪਈ ਹੁੰਦੀ ਆ, ਫਿਰ ਤੁਸੀਂ ਕਹਿੰਦੇ ਓਹੋ ਇਹ ਵੀ ਮਾੜਾ ਕੀਤਾ। ਹਰ ਭੋਗ ਦੇ ਵਿੱਚੋਂ ਤੁਹਾਨੂੰ ਪਛਤਾਵਾ ਹੁੰਦਾ ਹੈ, ਮਗਰ ਜਿਹੜਾ ਭੋਗਾਂ ਦਾ ਵੀ ਸੁਰਤ ਨੂੰ ਸ਼ਬਦ ਨਾਲ ਇੱਕਮਿੱਕ ਕਰਨਾ, ਇਹਦੇ 'ਚ ਰੋਣੇ ਨਹੀਂ ਗਏ ਹੈਗੇ, ਇਹਦੇ 'ਚ ਵਿਯੋਗ ਨਹੀਂ, ਇਹਦੇ 'ਚ ਸੰਯੋਗ ਆ। ਨਹੀਂ ਪਕੜ ਰਹੇ? ਇਹਦੇ 'ਚ ਟੁੱਟੀ ਹੋਈ ਸੁਰਤ ਰੱਬ ਨਾਲ ਜੁੜਦੀ ਆ ਜਦੋਂ ਜਪੀਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅੱਖ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਦਾ ਬਾਟਾ ਤਿਆਰ ਹੋਣਾ 27 ਤਰੀਕ ਨੂੰ। ਜਿਹਨਾਂ ਜਿਹਨਾਂ ਨੇ ਤੁਹਾਡੇ 'ਚੋਂ ਨਹੀਂ ਛਕਿਆ ਗੁਰੂ ਕੇ ਸਿੱਖਾਂ ਨੇ, ਚੇਤਾ ਕਰੋ, ਇੱਕ ਵਾਰ ਆਪਣੇ ਆਪ ਨੂੰ ਪੁੱਛੋ, ਤੁਸੀਂ ਛਕਿਆ ਜੀ? ਆ ਗੋਲ ਪਰਨੇ ਵਾਲੇ ਗੁਰੂ ਕੇ ਸਿੱਖ ਛਕਿਆ? ਸ਼ਾਬਾ। ਤੁਸੀਂ ਭੈਣੋ ਬੀਬੀ ਹੋ, ਜਿਹੜੀਆਂ ਸਿੱਖਾਂ ਦੀਆਂ ਧੀਆਂ, ਜੇ ਤੁਹਾਨੂੰ ਪਹਿਲੋਂ ਇਨਵਾਈਟ ਆ, ਛਕਿਆ ਸਾਰਿਆਂ? ਕੋਈ ਹੋਵੇ ਜਿਹਨੇ ਨਹੀਂ ਛਕਿਆ, ਤੁਸੀਂ ਘਬਰਾਓ ਨਾ, ਤੁਹਾਨੂੰ ਨਹੀਂ ਕਹਿੰਦਾ। ਜਿਹਨੇ ਜਿਹਨੇ ਨਹੀਂ ਛਕਿਆ, ਸੋਚੋ ਵੀ ਮੇਰੀ ਇਹ ਜਿੰਦੇ ਨਗੁਰੀ ਚੱਲ ਜਾਏਗੀ, ਕੋਈ ਬਾਤ ਪੁੱਛੂਗਾ ਹੀ ਨਹੀਂ। ਸਹੁਰੇ ਢੋਈ ਨਾ ਲਹੇ ਕਿ ਅਤੇ ਪਈਏ ਨਾ ਹੀ ਥਾਉ। ਇੱਕ ਕੁੜੀ ਵਿਆਹੀ ਚਲੇਗੀ ਅਤੇ ਸਹੁਰੇ ਘਰ ਦੇ ਬੂਹੇ ਅੱਗੇ ਪਹੁੰਚ ਗਈ। ਜਦੋਂ ਸਹੁਰੇ ਘਰ ਦੇ ਬਹੁਰ ਅੰਦਰ ਵੜ ਗਿਆ ਉਹ ਜਾ ਕੇ, ਉਹ ਕਹਿੰਦੀ ਬੂਆ ਖੋਲੋ ਜੀ। ਉਹ ਕਹਿੰਦਾ ਮੈਂ ਤਾਂ ਤੁਹਾਨੂੰ ਵਿਆਹ ਕੇ ਲਿਆਂਦਾ ਹੀ ਨਹੀਂ ਬੀਬੀ, ਮੈਂ ਤੈਨੂੰ ਕਿੱਥੇ ਅੰਦਰ ਵਾਲਣਾ? ਨਹੀਂ ਪਤਾ ਲੱਗਾ ਜਿਹੜੀ ਜਿੰਦ ਨੇ ਅੰਮ੍ਰਿਤ ਨਹੀਂ ਛਕਿਆ, ਰੱਬ ਨੇ ਉਹਦੇ ਲਈ ਬੂਹੇ ਨਹੀਂ ਖੋਲਣੇ। ਗੁਰਬਾਣੀ 'ਚ ਲਿਖਿਆ, ਨੋਟ ਕਰ ਲਓ, ਸਹੁਰੇ ਢੋਈ ਨਾ ਲਹੇ ਅਤੇ ਪਈਏ ਨਾ ਹੀ। ਇੱਥੋਂ ਜਿਹਨਾਂ ਨੇ ਚਾਰ ਬੰਦਿਆਂ ਦੇ ਮੋਢਿਆਂ 'ਤੇ ਖੜ ਕੇ ਛੱਡ ਆਏ ਨੇ ਨਾ ਜਿਹੜੇ ਬਣੀਆਂ ਤੱਕ, ਜੇ ਦੁਬਾਰਾ ਤੇਰੀ ਸੂਰਤ ਵੀ ਉਸ ਘਰ 'ਚ ਮਿਲ ਗਈ ਨਾ, ਅਤੇ ਨਾ ਐਡੇ ਸੰਗਲਾਂ ਵਾਲੇ ਸੌਰੀਏ ਲੈ ਆਉਣੇ ਨੇ, ਸੌਰੀਏ ਕਿ ਭੂਤ ਕੱਢਣ ਵਾਲੇ, ਅਤੇ ਮੇਰੇ ਵਰਗੇ ਟੁੱਟੇ ਫੁੱਟੇ ਨੇ ਵੀ ਸਿਰ ਫੜ ਕੇ ਆਖਣਾ ਬੋਲ ਤੇਰੇ ਵਿੱਚ ਕੀ ਹੈ। ਇਹ ਤਰ੍ਹਾਂ ਨਾ ਕਰੋ, ਸੁਹਾਗਣਾ ਬਣ ਕੇ ਜਾਓ, ਵਿਆਹ ਕਰਾ ਕੇ ਜਾਓ ਅਤੇ ਦਾਵੇ ਨਾਲ ਜਾਇਓ। ਜੇ ਆਵਾਜ਼ ਮਾਰੇ ਕੌਣ ਆ? ਘਰ ਵਾਲੀਆਂ ਜੀ? ਨਹੀਂ ਪਤਾ ਲੱਗਾ ਕੀ ਆ? ਅਤੇ ਦਰਵਾਜ਼ਾ ਖੁੱਲੂਗਾ ਜਦੋਂ ਕਹੋਗੇ ਘਰ ਵਾਲੀ ਆ ਜੀ। ਜਿੰਦ ਸ਼ਬਦ ਨਾਲ ਵਿਆਹ ਕਰਾ ਕੇ ਜਦੋਂ ਜਾਊਗੀ, ਆਖੋ ਵਾਹਿਗੁਰੂ। ਜਦੋਂ ਬਾਟੇ ਦੇ ਵਿੱਚ ਇਹਨਾਂ ਨੇ ਖੰਡਾ ਘੁਮਾਉਣਾ ਹੈ ਤਾਂ ਉਹ ਕੀ ਹੈ, ਲਾਵਾਂ ਹੀ ਤਾਂ ਹੋ ਰਹੀਆਂ। ਪਤਾ ਲੱਗਾ ਕੀ ਉਹ ਜਦੋਂ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਉਹ ਖੁਸ਼ੀ ਦੇ ਗੀਤ ਹੀ ਤਾਂ ਗਾਏ ਜਾ ਰਹੇ, ਸੁਹਾਗਣੀ ਤਾਂ ਬਣਾਉਣ ਲੱਗੇ ਨੇ। ਇੱਕ ਵਚਨ ਕਹਿ ਕੇ ਸਮਾਪਤੀ ਕਰਦਾ, ਅੱਖ ਵਾਹਿਗੁਰੂ। ਗੱਜ ਕੇ ਬੋਲੋ ਨਾ, ਥੱਕਤ ਨਹੀਂ ਗਏ? ਇੱਕ ਦੁਕਾਨ ਤੋਂ ਕੱਪੜਾ ਖਰੀਦੀਏ, ਦੋ ਟੱਬਰ ਲੈਣ ਆਉਂਦੇ, ਇੱਕ ਪੇਕਿਆਂ ਦਾ ਇੱਕ ਸਹੁਰਿਆਂ ਦਾ, ਕੱਪੜਾ ਵੀ ਇੱਕੋ ਲੈ ਲਿਆ, ਲਿਫਾਫੇ ਵੀ ਉੱਤੇ ਲਿਫਾਫਿਆਂ ਦੇ ਸਾਰਾ ਕੁਝ ਲਿਖਿਆ, ਇੱਕੋ ਦੁਕਾਨ ਦਾ ਐਡਰੈਸ ਆ। ਜਿਹੜਾ ਪੇਕਿਆਂ ਵਾਲਿਆਂ ਦੇ ਘਰ ਚਲੇ ਗਿਆ ਉਹਨੂੰ ਦਾਜ ਕਹਿੰਦੇ। ਕੱਪੜਾ ਆਇਆ ਅਤੇ ਜਿਹੜਾ ਇੱਧਰੋਂ ਆਇਆ ਪੇਕਿਆਂ ਵੱਲੋਂ ਉਹਨੂੰ ਕੀ ਕਹਿੰਦੇ? ਇਹ ਦਾਜ ਦੇ ਕੱਪੜੇ। ਉੱਥੋਂ ਹੀ ਉਹਨਾਂ ਖੜਿਆ ਉਹਨੂੰ ਕਹਿੰਦੇ ਵਰੀ ਦੇ ਕੱਪੜੇ। ਕਦੀ ਸੋਚਿਆ ਜੇ? ਨਹੀਂ, ਵੈਸੇ ਸ਼ਬਦਾਂ ਦਾ ਪਤਾ ਹੈ, ਦਾਜ ਅਤੇ ਵਰੀ। ਕਮਾਲ ਦੀ ਗੱਲ, ਇੱਕੇ ਦੁਕਾਨ ਦੇ ਕੱਪੜੇ, ਇੱਕੇ ਥਾਂ ਪੇਮੈਂਟ ਦਿੱਤੀ, ਘਰ ਬਦਲ ਗਏ। ਦਾਜ ਦੇ ਕੱਪੜੇ ਅੱਜ ਤੁਸੀਂ ਪਾਏ ਨੇ, ਜਿੱਦਣ ਅੰਮ੍ਰਿਤ ਛੱਕ ਕੇ ਗਾਤਰਾ ਪਾ ਕੇ ਆਓਗੇ ਨਾ, ਜਿਤਨਾ ਕੁੜੀ ਗਈ ਵਿਆਹ ਅਤੇ ਉਹ ਕਹਿੰਦੇ ਇਹਨਾਂ ਨੇ ਵਾਲੀਆਂ ਪਾਈਆਂ ਜੀ ਮੈਨੂੰ, ਇਹਨਾਂ ਨੇ ਮੈਨੂੰ ਚੂੜੀਆਂ ਪਾਈਆਂ, ਤੁਸੀਂ ਵੀ ਗਾਤਰਾ ਪਾ ਕੇ ਕਛਹਿਰਾ ਪਾ ਕੇ ਕੰਘਾ ਰੱਖ ਕੇ ਜਦੋਂ ਆਓਗੀਆਂ ਨਾ, ਆਖੇ ਸਹੁਰੇ ਘਰੋਂ ਮੈਨੂੰ ਇਹ ਗਹਿਣੇ ਮਿਲੇ ਨੇ, ਮੈਂ ਸੁਹਾਗਣ ਹੋ ਗਈ ਅੱਜ ਤੋਂ, ਅੱਜ ਤੋਂ ਮੈਂ ਪਤੀ ਵਾਲੀ ਹਾਂ। ਜਿਹਨੇ ਜਿਹਨੇ ਨਹੀਂ ਛਕਿਆ ਜ਼ਰੂਰ ਛਕੋ, ਗੁਰੂ ਵਾਲੇ ਬਣੋ। ਇੱਕ ਤੁਕ ਰਹਿ ਗਈ, ਨਮੋ ਸਰਬ ਦਿਆਲੇ, ਬੋਲੋ
ਫਿਰ ਬੋਲੋ ਸਾਰਿਆਂ ਤੇ ਦਇਆ ਕਰਨ ਵਾਲੇ, ਨਮੋ ਸਰਬ ਪਾਲੇ, ਨਮੋ ਸਾਰਿਆਂ ਤੇ ਦਇਆ ਕਰਨ ਵਾਲੇ, ਸਾਰਿਆਂ ਨੂੰ ਪਾਲਣ ਵਾਲੇ ਵਾਹਿਗੁਰੂ, ਤੇਰੇ ਚਰਨਾਂ 'ਚ ਮੇਰੀ ਇੱਕ ਤੁਕ ਜਾ ਕੇ ਪੁੱਛ ਕੇ ਜਾਊਂਗਾ, ਵਾਹਦ ਦਾ ਅਰਥ ਕੀ ਹੈ? ਇੱਕ, ਜਿਹਦੇ ਵਿੱਚ ਇੱਕ ਹੀ ਗੱਲ ਕੀਤੀ ਗਈ, ਇੱਕੇ ਦੀ ਗੱਲ ਕੀਤੀ ਗਈ, ਉਹਦਾ ਨਾਮ ਹੈ ਜਾਪ ਸਾਹਿਬ। ਕੀ ਨਾਮ ਹੈ? ਅਤੇ ਪੜ੍ਹਿਆ ਕਰੋ, ਇੱਕੋ ਜਪ, ਜੇ ਇੱਕੋ ਨੂੰ ਜਪਣਾ ਹੈ, ਇੱਕ ਦੀ ਸਿਫਤ ਕਰਨੀ ਆ, ਅਤੇ ਵਾਰ ਵਾਰ ਜਾਪ ਸਾਹਿਬ ਦੇ ਦਰਸ਼ਨ ਕਰੋ। ਮੇਰੀ ਅਰਦਾਸ ਆ ਗੁਰੂ ਕਲਗੀਧਰ ਪਾਤਸ਼ਾਹ, ਦਿੱਲੀ ਵਾਲੀ ਸੰਗਤ ਨੂੰ, ਸੁਣਨ ਵਾਲੀ ਸੰਗਤ ਨੂੰ, ਕਿਤੇ ਜਾਪ ਸਾਹਿਬ ਦੀ ਸਮਝ ਪੈ ਜਾਏ। ਉੱਡਣ ਲੱਗ ਪਓਗੇ, ਉੱਡਣ ਲੱਗ ਪਓਗੇ, ਉੱਡਣ ਲੱਗ ਪਓਗੇ। ਗੁਰੂ ਰਹਿਮਤਾਂ ਕਰੇ, ਸਾਰਿਆਂ ਦਾ ਭਲਾ ਹੋਵੇ, ਸਾਰਿਆਂ ਦੇ ਪਰਿਵਾਰ 'ਚ ਸੁੱਖ ਸ਼ਾਂਤੀ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ,